पांच सालां च पट्ठा बाह के रखता, नशे दे बथेरे ढेर लाते। शराब दियां बोतलां हुण हुण भेज देणगे, वोटां आ गईआं, पीओगे? पीवांगे जी, होर करांगे। सरकारां तां इक्को जिही करदियां हुंदियां सारियां। मैनूं तां इह लगदा वी आपां इक मुहिम चलाईए वी अंग्रेजो तुसीं वापस आ जाओ। झाड़ू वाले नूं पावांगे जां चट्टाने नूं। पीणी की तो है? पीणी जी धर्मेंद्र तो है। वोट चट्टाने नूं ते झाड़ू नूं है, उहनूं क्यों नहीं? उह सारा बरमासियां करदा है। ਵਿਕਾਸ ਤਾਂ ਲੌਂਕੀ ਜਾਂਦਾ ਯਾਰ, ਦੇਖੋ ਆਹ ਦੇਖੋ ਇਹਨਾਂ ਦਾ ਵਿਕਾਸ। ਰੇਤਾ ਸਸਤਾ ਕਰਤਾ, ਰੇਤਾ ਤੋਂ ਸਸਤਾ ਹੋ ਗਿਆ, 92 ਰੁਪਏ ਲਿਆਇਆ ਮੈਂ। ਦੋ ਚਾਰ ਗੋਲੀਆਂ ਖਾਧੀਆਂ ਮੇਰੀ ਆਂਚ ਬੈਠੇ, ਚੱਲ ਮੇਰੇ ਬਈ ਚੜਕੇ ਆ ਗਿਆ, ਹੱਥ ਨਹੀਂ ਜਾਊਂਗਾ। ਗੋਲੀਆਂ ਖਾਧੀਆਂ ਖਾਣੀਆਂ? ਗੋਲੀਆਂ ਨਸ਼ੇ ਵਾਲੀਆਂ ਖਾਂਦੇ ਆ। ਕਿਉਂ? ਉਹ ਬੈਟਰੀ ਵਾਲੀ ਨੂੰ, ਬੈਟਰੀ ਵਾਲੀ ਬੁੜੇ ਬੰਦੇ ਆ। ਪੌਣੀ ਬੋਤਲ ਦਾਰੂ ਦੀ ਪੀਂਦਾ ਹੱਥ ਨੇ, ਹਾਂ 300 ਦਿਹਾੜੀ ਦਾ ਕਮਾਉਂਦਾ, ਪੌਣੀ ਦਾਰੂ ਦੀ ਪੀਂਦਾ ਜੀ, ਦੋ ਗੋਲੀਆਂ ਖਾਂਦਾ। ਬੱਚਿਆਂ ਨੂੰ ਅੰਦਰ ਵਾੜ ਕੇ ਬਹਾਤਾ ਇਹਨਾਂ ਨੇ, ਆਪਦੀਆਂ ਰੈਲੀਆਂ ਕਰਦੇ ਫਿਰਦੇ ਆ, ਸਾਡੇ ਬੱਚਿਆਂ ਦਾ ਨੁਕਸਾਨ, ਭਵਿੱਖ ਆ ਜਿਹੜਾ ਆਉਣ ਵਾਲਾ ਬੱਚਿਆਂ ਦਾ ਖਰਾਬ ਕਰਿਆ। ਸਕੂਲ 'ਚ ਤਾਂ 400 ਬੱਚਾ ਹੋਊਗਾ, ਇੱਥੇ ਰੋਜ਼ ਇਕੱਠ ਹੁੰਦਾ, 1000 ਬੰਦੇ ਦਾ ਇਕੱਠ ਹੁੰਦਾ, ਉਦੋਂ ਕਰੋਨਾ ਕਿੱਥੇ ਗਿਆ? ਹੋਇਆ ਮੈਂ ਅਧਿਆ ਦਾਰੂ ਦਾ ਅਤੇ ਬਸ ਹੋਰ ਕੁਛ ਨਹੀਂ ਖਾਂਦਾ। ਇੱਕ ਕੈਪਸੂਲ, ਇੱਕ ਕੈਪਸੂਲ ਖਾਂਦਾ ਜੀ। ਕਿਹੜਾ ਕੈਪਸੂਲ ਖਾਂਦਾ? ਸਨੇਚਰ। ਸਨੇਚਰ ਪੈਸੇ ਦਿੰਦੇ ਨੀ, ਪਵਾਲ ਗੌਰਮੈਂਟ ਨੂੰ ਕਹਿੰਦੇ ਅਸੀਂ ਪਾਤੇ, ਮੂਹਰਲੇ ਛੱਕ ਲਾਂਦੇ ਨੇ। ਇਹ ਸਮੱਸਿਆ ਬਹੁਤ ਆਈ ਛੱਕ ਛੱਪੜ ਦੀ, ਗੰਦ ਆਉਂਦਾ ਨਿਰਾ ਜੀ ਇੱਥੇ। ਜਿਹੜੇ ਮੰਤਰੀ ਬਣਦੇ ਨਾ ਉਹ ਕੱਲੇ ਕੱਲੇ ਸਨੇਚਰ ਹੀ ਚਲਾਉਂਦੇ ਨੇ, ਨਵੇਂ ਤੋਂ ਨਵਾਂ ਚਲਾ ਦਿੰਦੇ। ਸਨੇਚਰ ਖਾ ਕੇ ਕੰਮ ਕਰ ਲੈਂਦੇ? ਕੰਮ ਤਾਂ ਕਰੀ ਜਾਂਦੇ, ਕੰਮੀ ਜੇ ਜਾਂਦੇ ਜੀ। ਕਿਵੇਂ ਜਾ ਕਰਦੇ, ਕੋਠੇ 'ਤੇ ਚੜ੍ਹ ਕੇ ਸਾਲ ਮਾਰ ਗਏ। ਹਾਂਜੀ ਹਾਂਜੀ, ਲੌਕਡਾਊਨ, ਹਾਂ ਵੱਧ ਚੜੀਆਂ ਜਾਂਦੀਆਂ ਉਹਨੂੰ ਖਾ ਕੇ, ਉਹਨੂੰ ਪੂਰੀਆਂ ਜੀ ਫੱਟੇ ਚੱਕ ਦਿੰਦੇ ਉਹਦੇ ਨਾਲ ਤਾਂ। ਮਿਲੀ ਨੌਕਰੀ? ਕਹਿੰਦੇ ਤੂੰ ਕੈਪਟਨ ਆ। ਕੈਪਟਨ ਮਿਲੀ ਨੀ? ਕੈਪਟਨ ਤਾਂ ਆਂਦੇ ਰੋਟੀ ਨਹੀਂ ਖਾ ਸਕਦੇ ਹੈਗੇ ਜੀ, ਇੰਨੀ ਗੰਦੀ ਬਦਬੂ ਆਉਂਦੀ ਹੈ ਸਾਨੂੰ ਛੱਪੜ ਦੀ, ਹਾਂ ਬਾਹਲੀ ਦਿੱਕਤ ਆ ਜੀ ਇੱਥੇ ਤਾਂ। ਕਈ ਵਾਰ ਨਾ ਜਵਾਕ ਵੀ ਕਿੰਨੇ ਡਿੱਗੇ ਸਕੂਲ ਜਾਂਦੇ ਸਾਡੇ। ਪੈਨਸ਼ਨ 2500 ਹੋ ਗਈ ਤੁਹਾਡੀ? ਨਾ ਜੀ, ਸਾਡਾ ਪਹਿਲਾਂ ਤਾਂ ਦਿੰਦੇ ਰਹੇ ਹੈ 1200-1300 ਹੀ, ਤੇ ਹੁਣ ਕੀ 2-3 ਵਾਰੀਆਂ 'ਚ 1500 ਰੁਪਈਆ ਆਇਆ। 2500 ਕਿਹਾ ਸੀ ਸਰਕਾਰ ਨੇ ਦੇਵਾਂਗੇ? ਕਿਹਾ ਤਾਂ ਸੀਗਾ ਜੀ, ਹੁਣ 1500 ਆਇਆ 2 ਵਾਰੀਆਂ 'ਚੋਂ ਵੀ, ਪਹਿਲਾਂ ਕੋਈ ਨਹੀਂ ਕੁਛ ਆਇਆ ਜੀ, ਕੋਈ ਨਹੀਂ ਕੁਛ ਆਇਆ। ਹਾਂਜੀ, ਪਹਿਲਾਂ ਬਸ 1200-1300 ਹੀ ਦਿੰਦੇ ਰਹੇ। ਹੁਣ ਘਰ 'ਚ ਨੌਕਰੀ ਦਿੱਤੀ ਹੋਵੇ? ਘਰ 'ਚ ਨੌਕਰੀਆਂ ਤਾਂ ਸਾਰੇ ਪਿੰਡਾਂ 'ਚ ਹੀ ਵਾਧੂ ਕਰਤੀਆਂ ਜੀ ਨੌਕਰੀਆਂ ਇਹਨਾਂ ਨੇ, ਕੀ ਦਿੱਤਾ ਕੁਛ ਨਹੀਂ ਦਿੱਤਾ ਜੀ। ਪਿੰਡਾਂ 'ਚੋਂ ਨਸ਼ਾ ਖਤਮ ਕੀਤਾ ਹੋਵੇ? ਨਸ਼ਾ ਤਾਂ ਵੱਧ ਗਿਆ ਜੀ, ਸਮਾਂ ਘਟਿਆ ਥੋੜ੍ਹੀ ਹੈ ਜੀ। ਹਾਂਜੀ, ਆਹ ਸਾਰੀਆਂ ਗੋਲੀਆਂ ਕੱਪੇ ਨਸ਼ੇ ਸਾਰੇ ਵਾਧੂ ਚੱਲੀ ਜਾਂਦੇ ਜੀ, ਨਸ਼ਿਆਂ ਨੇ ਸਾਰੇ ਮਾਰੇ। ਨੌਕਰੀਆਂ ਦੇਖ ਲਓ ਤੁਸੀਂ ਆਪ ਹੀ ਦੇਖ ਲਓ, ਸਾਰੇ ਵਿਹਲੇ ਉਹ ਵਿਹਲੇ ਤਾਂ ਖੇਡੀ ਜਾਂਦੇ ਆ, ਤੜਕੇ ਲਗਾ ਜਾਂਦੇ ਰੋਟੀ ਖਾ ਕੇ, ਆ ਹੁਣ ਹੱਥ ਨਹੀਂ ਕੰਮ ਰਹਿ ਗਿਆ ਬਸ, ਕਿਹੜਾ ਵਾਹ ਤਾਂ ਪਹਿਲੇ ਤਾਂ ਸਾਲਾ ਕਿਸੇ 2-4 ਗੋਲੀਆਂ ਖਾਧੀਆਂ ਮੇਰੀ ਆਂਚ ਬੈਠੇ, ਚੱਲ ਮੇਰੇ ਬਈ ਤੜਕੇ ਆ ਗਿਆ, ਹੱਥ ਨਹੀਂ ਜਾਊਂ। ਗੋਲੀਆਂ ਖਾਧੀਆਂ ਖਾਣੀਆਂ? ਗੋਲੀਆਂ ਨਸ਼ੇ ਵਾਲੀਆਂ ਖਾਂਦੇ ਆ। ਕਿਉਂ? ਬੈਟਰੀ ਵਾਲੀ ਨੂੰ, ਬੈਟਰੀ ਵਾਲੀ ਬੁੜੇ ਬੰਦੇ ਆ। ਪੌਣੀ ਬੋਤਲ ਦਾਰੂ ਦੀ ਪੀਂਦਾ ਹੱਥ ਨੇ, ਹਾਂ 300 ਦਿਹਾੜੀ ਦਾ ਕਮਾਉਂਦਾ, ਪੌਣੀ ਦਾਰੂ ਦੀ ਪੀਂਦਾ ਜੀ, ਦੋ ਗੋਲੀਆਂ ਖਾਂਦਾ, 40 ਕਿੰਨੇ ਦੀਆਂ? 40 ਰੁਪਏ ਦੀਆਂ। 40 ਗੋਲੀਆਂ ਖਾ ਗਿਆ ਤੇ ਦਾਰੂ ਕਿੰਨੀ ਪੀਂਦਾ? ਦਾਰੂ ਪੌਣੀ ਬੋਤਲ ਉਹ ਕਿੰਨੇ ਦੀ ਹੋ ਗਈ? 180 ਦੀ। ਤੇ ਤੂੰ? ਮੈਂ ਅਧਿਆ ਦਾਰੂ ਦਾ ਤੇ ਬਸ ਹੋਰ ਕੁਛ ਨਹੀਂ ਖਾਂਦਾ। ਇੱਕ ਕੈਪਸੂਲ ਖਾਂਦਾ ਜੀ। ਕਿਹੜਾ ਕੈਪਸੂਲ ਖਾਂਦਾ?
ਸਨੇਚਰ ਸਨੇਚਰ ਹਾਂ ਉਹ ਸਨੇਚਰ ਬੜਾ ਚੱਲਦਾ ਹੈ ਨਾ ਅੱਜ ਹਾਂ ਪੂਰਾ ਚੱਲਦਾ ਜੀ ਪੂਰਾ ਉਹ ਚ ਨਸ਼ਾ ਹੁੰਦਾ ਨਸ਼ਾ ਹੁੰਦਾ ਟਿੱਡੇ ਜਗਾ ਦਿੰਦਾ ਜੀ ਉਹ ਤਾਂ ਹਾਂ ਤੇ ਇੱਕ ਮਿੰਟ ਇਹ ਫਿਰ ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰਤਾ ਫਿਰ ਤੁਹਾਨੂੰ ਸਰਕਾਰ ਨੇ ਚਲਾ ਕੇ ਦਿੱਤਾ ਸਾਨੂੰ ਵੀ ਕਹਿੰਦੇ ਖਾਇਆ ਕਰੋ ਅੱਛਾ ਹਾਂ ਨਵੇਂ ਨਵੇਂ ਜਿਹੜੇ ਮੰਤਰੀ ਬਣਦੇ ਨਾ ਉਹ ਕੱਲੇ ਕੱਲੇ ਸਨੇਚਰ ਹੀ ਚਲਾਉਂਦੇ ਨੇ ਨਵੇਂ ਤੋਂ ਨਵਾਂ ਚਲਾ ਦਿੰਦਾ ਉਹ ਸਨੇਚਰ ਚਲਾਤਾ ਕੋਈ ਗੋਲੀ ਚਲਾਤੀ ਕੋਈ ਕੁਛ ਚਲਾਤਾ ਸਨੇਚਰ ਖਾ ਕੇ ਕੰਮ ਕਰ ਲੈਂਦੇ ਕੰਮ ਤਾਂ ਕਰੀ ਜਾਂਦੇ ਕੰਮੀ ਜੇ ਜਾਂਦੇ ਜੀ ਕਿਵੇਂ ਜੇ ਕਰਦਾ ਕਿਵੇਂ ਜੇ ਕਿਵੇਂ ਜੇ ਕਰਦੇ ਕੋਠੇ ਤੇ ਚੜ ਕੇ ਛਾਲ ਮਾਰ ਗਏ ਪੂਰੀਆਂ ਜੀ ਫੱਟੇ ਚੱਕਦੇ ਇੱਕ ਨਾਲ ਸਰ ਜਾਂਦਾ ਕਦੇ ਪੰਜ ਵੀ ਖਾ ਜਾਂਦੇ ਹਾਂ ਜਦੋਂ ਕੋਈ ਕੰਮ ਧੰਦਾ ਹੋਰ ਕਰਨਾ ਹੋਵੇ ਕਿਹੜਾ ਕੰਮ ਕਰਨਾ ਹੋਵੇ ਉਹ ਘਰ ਦਾ ਕੋਈ ਮਾੜਾ ਮੋਟਾ ਨੀਰਾ ਨਾਰਾ ਪਾਉਣਾ ਹੋਵੇ ਉਹਦੇ ਪੰਜ ਖਾ ਜਾਂਦੇ ਪੰਜ ਖਾ ਜਾਂਦੇ ਕਹਿੰਦੇ ਖਤਰਨਾਕ ਬਹੁਤ ਹੈ ਮਿਰਗੀ ਵਾਲੇ ਦਿੰਦੇ ਮਿਰਗੀ ਵਾਲੇ ਨੂੰ ਸਾਨੂੰ ਤਾਂ ਮਿਰਗੀ ਨਾ ਤਾਂ ਕਦੇ ਮਿਰਗੀ ਹੋਈ ਹੈ ਨਾ ਕੁਛ ਨਹੀਂ ਹੋਇਆ ਅਸੀਂ ਤਾਂ ਕੈਪਸੂਲ ਖਾ ਲੈਂਦੇ ਇਹ ਆਮ ਮਿਲ ਜਾਂਦਾ ਆਮ ਹੀ ਆਮ ਮਿਲ ਜਾਂਦਾ ਜੀ ਕਿੰਨੇ ਦਾ ਮਿਲਦਾ ਇੱਕ ਸਰਕਾਰ ਤਾਂ ਕਹਿੰਦੀ ਅਸੀਂ ਬੰਦ ਕਰ ਦਾਂਗੇ ਉਹ ਕਹਿੰਦੇ ਵਿੱਚ ਕਹਿੰਦੇ ਜਿਹੜੇ ਨਵੇਂ ਜੇ ਬਣਦੇ ਉਹ ਕਹਿੰਦੇ ਅਸੀਂ ਚਲਾ ਦਿਆਂਗੇ ਡੱਕਮਾ ਕਰਾਂਗੇ ਤੁਹਾਨੂੰ ਡੱਕਮਾ ਨਸ਼ਾ ਆਊਗਾ ਹੁਣ ਜੋ ਸ਼ਰਾਬ ਦਾ ਬੋਤਲਾਂ ਹੁਣ ਭੇਜ ਦੇਣਗੇ ਵੋਟਾਂ ਆਗਾ ਪੀਵਾਂਗੇ ਜੀ ਹੋਰ ਕਰਾਂਗੇ ਨਹੀਂ ਹੁਣ ਜਿਵੇਂ ਸ਼ਰਾਬ ਵੰਡਣਗੇ ਹੁਣ ਪੀ ਲਓਗੇ ਫਿਰ ਪੀਵਾਂਗੇ ਜੀ ਹੋਰ ਕੀ ਕਰਾਂਗੇ ਫਿਰ ਹੁਣ ਆਪਦੇ ਕੋਲੋਂ ਖਰਚਾ ਬੰਦ ਕਰ ਦਾਂਗੇ ਪੀ ਲਾਂਗੇ ਪਿਉਣ ਲੱਗੇ ਕਿ ਨਹੀਂ ਲੱਗੇ ਹਜੇ ਹਜੇ ਲੱਗ ਜਾਣਗੇ ਇੱਕ ਅੱਧੇ ਦਿਨ 'ਚ ਬਸ ਤਿਆਰੀ ਹੈ ਕੋਈ ਫੋਨ ਫਾਨ ਆਇਆ ਵੀ ਆ ਜੀ ਬਾਈ ਫੋਨ ਤਾਂ ਆਇਆ ਹੈ ਕਹਿੰਦੇ ਬਾਈ ਹੱਥ ਨੇ ਫਲਾਨੇ ਥਾਂ ਆ ਜਾਓ ਪਿਆਵਾਂਗੇ ਤੁਹਾਨੂੰ ਫਿਰ ਵੋਟ ਨੂੰ ਪਾ ਦੋਗੇ ਤਾਂ ਪੀ ਲਓਗੇ ਨਾ ਵੋਟ ਨਹੀਂ ਪਾਉਂਦੇ ਵੋਟ ਕਿਹਨੂੰ ਪਾਓਗੇ ਵੋਟ ਤਾਂ ਅਸੀਂ ਜ਼ਿਆਦਾ ਝਾੜੂ ਵਾਲੇ ਨੂੰ ਪਾਵਾਂਗੇ ਜਾਂ ਚਟਾਣੇ ਨੂੰ ਜਿਹੜਾ ਦੇਣ ਆ ਗਿਆ ਮੰਗਣ ਕਿਸੇ ਦੇ ਜਾਂਦੇ ਨੀ ਠੀਕ ਹੈ ਜੇ ਮਤਲਬ ਨੀ ਫੜਾਉਣ ਲੱਗਾ ਵੀ ਲੈ ਫੜਾ ਬਲਜਿੰਦਰ ਕੌਰ ਨੇ ਕੰਮ ਕੀਤੇ ਨਹੀਂ ਬਾਈ ਡੱਕਾ ਹੀ ਨੀ ਕਰਿਆ ਡੱਕਾ ਵੀ ਨੀ ਕਰਿਆ ਜਮਾ ਕੁਛ ਵੀ ਨੀ ਕਰਿਆ ਕਿਲਾ ਇੱਕ ਕੰਮ ਤਾਂ ਕਰਿਆ ਉਹਨੇ ਕਿਲਾ ਰਿਫਾਇਨਰੀ ਚ ਦਫ਼ਤਰ ਵਧੀਆ ਬਣਾ ਲਿਆ ਉਹਨੇ ਗੁੰਡਾ ਟੈਕਸ ਲੈਂਦੇ ਆ ਬਾਈ ਕਿਸੇ ਨੂੰ ਪੁੱਛ ਲਿਓ ਸਾਡੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਸੀ ਉਹ ਖੜੀਆਂ ਉਹਨਾਂ ਨੇ ਵੇਚੀਆਂ ਉਹ ਕਿਸ ਤਰ੍ਹਾਂ ਭਰੀ ਕੇ ਵੇਚਣੀਆਂ ਪੈ ਗਈਆਂ ਕਿੱਥੇ 32,000 ਤੇ ਗੱਡੀ ਚੱਲਣੀ ਸੀ ਕਿੱਥੇ 18,000 ਚ ਰਹਿ ਗਈ ਡੱਕਿਆ ਨਹੀਂ ਹੋਇਆ ਬਾਈ ਜਿਵੇਂ ਆਹ ਬੱਸ ਸਟੈਂਡ ਕਦੋਂ ਟੁੱਟਿਆ ਤੁਹਾਡਾ 2 ਸਾਲ ਹੋ ਗਏ ਬਾਈ ਦੋ ਦੇ ਵੀ ਦੋ ਤਿੰਨ ਤਿੰਨ ਸਾਲ ਹੀ ਹੋ ਗਏ ਹੋਣਗੇ 2 ਸਾਲ ਤਾਂ ਹੋ ਗਏ ਇਹਨੂੰ ਟੁੱਟੇ ਨੂੰ ਇੱਥੇ ਗੁੱਡੀਆਂ ਆਉਂਦੀਆਂ ਪੜ੍ਹਨ ਵਾਲੀਆਂ ਉੱਥੇ ਬਹਿ ਜਾਂਦੀਆਂ ਸੀ ਉਹ ਵੀ ਚੌਂਕੜੀ ਟੁੱਟ ਗਈ ਆਹ ਵਿਕਾਸ ਦੇਖ ਲਓ ਜੀ ਕਿੰਨਾ ਵਧੀਆ ਤੁਹਾਨੂੰ ਲੱਗਦਾ ਵਧੀਆ ਹੋਇਆ ਸਰਕਾਰ ਕਹਿੰਦੀ ਵਿਕਾਸ ਬਾਹਲਾ ਹੋਇਆ ਆਹ ਦੀ ਸੀਗਾ ਵਿਕਾਸ ਤਾਂ ਦੇਖੋ ਕਿੱਡਾ ਸੋਹਣਾ ਹੋਇਆ ਦੋ ਚਾਰ ਵਾਰੀ ਦਿਖਾਓ ਹੋਰ ਉਹਨਾਂ ਨੂੰ ਸਰਕਾਰ ਨੂੰ ਦਿਖਾ ਦਿਓ ਵੀ ਆਹ ਚੱਠੜ ਦੇ ਲੋਕ ਕਲਾਈ ਜਾਂਦੇ ਆ ਵਿਕਾਸ ਦੇ ਕਰਕੇ ਹੁਣ ਤੁਹਾਨੂੰ ਦਿਸੂਗਾ ਜੀ ਆਪੇ ਕਲੀਅਰ ਹੋਜੂ ਹਾਂਜੀ ਵਿਕਾਸ ਤਾਂ ਲੌਂਕੀ ਜਾਂਦਾ ਜੀ ਆਹ ਦੇਖੋ ਇਹਨਾਂ ਦਾ ਵਿਕਾਸ ਪ੍ਰਾਈਵੇਟ ਬਣਾਇਆ ਸੀ ਆਪਦੀ ਜਾਤ 'ਚ ਜੀ ਇਹ ਵੀ ਚੱਲ ਵੀ ਪੰਚਾਇਤ ਵੀ ਲਾ ਦੇ ਪੰਚਾਇਤ ਨੇ ਆਖਿਆ ਵੀ ਕਿਤੇ ਉਹਦਾ ਵਿਕਾਸ ਦਾ ਉਹਦਾ ਨਾਂ ਨਾ ਰਹੇ ਵੀ ਮਿੱਟੀ ਵੀ ਨਾ ਪਾਉਣ ਦਿੱਤ ਭਾਈ ਹਾਂਜੀ 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 ਇਹ ਵਿਕਾਸ ਆ ਤੁਹਾਡੇ ਪਿੰਡ ਦਾ ਹਾਂਜੀ ਹਾਂਜੀ ਬਸ ਆਹ ਵਿਕਾਸ ਆਪਾਂ ਨੂੰ ਸਾਰਿਆਂ ਨੂੰ ਦਿੰਦੇ ਹੀ ਹੈ ਜੀ
ਪਲੱਸ 1 ਪਲੱਸ 2 ਬੀਏ ਵਾਲੀਆਂ ਕੁੜੀਆਂ ਪੜ੍ਹਦੀਆਂ ਇਹ ਤਾਂ ਕਹਿੰਦੇ ਸਕੂਟਰੀਆਂ ਦੇਵਾਂਗੇ ਤੇ ਇਹਨਾਂ ਦੇ ਖੜਨ ਨੂੰ ਥਾਂ ਹੈ ਨਹੀਂ ਕੁੜੀਆਂ ਦੇ ਉਹ ਕਹਿੰਦੇ ਸਕੂਟਰੀਆਂ ਦੇਵਾਂ ਹਾਂ ਹਾਂ ਜੀ ਹੁਣ ਇਹਦੀਆਂ ਦੋ ਗੱਡੀਆਂ ਜਾਂਦੀਆਂ ਵਿਚਾਰੇ ਦੀਆਂ ਉੱਥੇ ਖੜਦੀਆਂ ਉਹ ਚੌਂਕੜੀ ਦੇਖੋ ਜੀ ਤੁਸੀਂ ਕਿਵੇਂ ਬੈਠਣਗੀਆਂ 7-8 ਵਾਰੀ ਸਰਪੰਚ ਨੂੰ ਬੇਨਤੀ ਕਰ ਚੁੱਕੇ ਅਸੀਂ ਇਸੇ ਵਾਰਡ ਦਾ ਸਰਪੰਚ ਹੈ ਇਸੇ ਵਾਰਡ ਦੇ ਮੈਂਬਰ ਹੈ ਇੱਥੇ ਤਾਂ ਹੁਣ ਝਾਕਦੇ ਹੀ ਨਹੀਂ ਜਵਾਂ ਸਰਪੰਚ ਨੂੰ ਪੁੱਛੇ ਨਹੀਂ ਸਰਪੰਚ ਦੀ ਪਾਵਰ ਹੀ ਨਹੀਂ ਛੱਡੀ ਜੀ ਅੱਛਾ ਜੀ ਹਾਂਜੀ ਕੋਈ ਪਾਵਰ ਨਹੀਂ ਨਾ ਜੀ ਸਰਪੰਚ ਨੂੰ ਵਿਚਾਰ ਨੂੰ ਕੁਝ ਨਹੀਂ ਪੁੱਛਿਆ ਸਰਪੰਚ ਨਰਮ ਸੀ ਉਹਦੀ ਕੋਈ ਪਾਵਰ ਨਹੀਂ ਉਹਦੇ ਰਾਹੀ ਪੈਸੇ ਨਹੀਂ ਆਉਣ ਦਿੱਤਾ ਜੀ ਹਾਂਜੀ ਤੁਸੀਂ ਪੁੱਛ ਲਓ ਜੀ ਹਾਂਜੀ ਕਿਸੇ ਨੂੰ ਪੁੱਛ ਲਓ ਪਿੰਡ 'ਚ ਕੋਈ ਬੰਦਾ ਕਹਿ ਦੇ ਵੀ ਹਾਂ ਸਭ ਤੋਂ ਵੱਧ ਵੋਟ ਤੇ ਜਿੱਤਿਆ ਸੀ ਉਹ ਪਿੰਡ 'ਚ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਕਿਹੜੇ ਘਰ ਘਰ ਨੌਕਰੀਆਂ ਮਿਲੀ ਕਿਸੇ ਨੂੰ ਨਹੀਂ ਮਿਲਿਆ ਬਈ ਰੱਖਾ ਹਾਂ ਕਿਸੇ ਨੂੰ ਮਿਲਿਆ ਬਾਈ ਕਿਸੇ ਨੂੰ ਨਹੀਂ ਮਿਲੀ ਨਾ 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 ਕਹਿੰਦੇ ਨਸ਼ੇ ਦਾ ਲੱਕ ਤੋੜ ਦੇਣਾ ਟੁੱਟ ਗਿਆ ਜੀ ਕੋਈ ਤੱਕ ਨਹੀਂ ਟੁੱਟਿਆ ਭਰਾਵਾ ਲੱਭ ਲੱਭ ਖਾਂਦੇ ਆਪ ਹੀ ਖਾਂਦੇ ਆਗੇ ਹੋਰ ਤੱਕ ਕਿਸੇ ਨੂੰ ਕੀ ਆਖਾਂਗੇ ਹਾਂ ਇਹ ਕਹਿੰਦੇ ਨਸ਼ਾ ਖਤਮ ਕਰ ਦੇਣਾ ਪੰਜਾਬ ਯਾਰ ਵਾਧੂ ਹੈ ਕਿੱਥੇ ਖਤਮ ਕਰਨਾ ਸਾਰਾ ਵਾਧੂ ਪੰਜਾਬ ਖਤਮ ਕਰ ਰਹੇ ਕੋਈ ਕੋਈ ਹੋਏ ਕੋਈ ਕੰਮ ਕੁੰਮ ਮੁੰਡਿਆਂ ਮਾਂਡਿਆਂ ਨੌਕਰੀ ਨਾ ਕੋਈ ਨੌਕਰੀ ਨਹੀਂ ਭਰਾਵਾ ਕੁਛ ਨਹੀਂ ਮਿਲਿਆ ਕੱਖ ਵੀ ਹੈ ਤੁਹਾਡੇ ਪਿੰਡ ਦੇ MLA ਆ ਬਲਜਿੰਦਰ ਕੌਰ ਕੰਮ ਕੀਤੇ ਨੇ ਨਾ ਜੀ ਕੁਛ ਨਹੀਂ ਕਰਿਆ ਅੱਛਾ ਜੀ ਆਪਦੇ ਪਿੰਡ 'ਚ ਵੀ ਨਹੀਂ ਕੀਤੇ ਹੈ ਨਾ ਕੁਛ ਨਹੀਂ ਕਰਿਆ ਪਿੰਡ ਦਾ ਇਹ ਤੋਂ ਪਹਿਲਾਂ ਜਿਹੜਾ ਸਰਕਾਰ ਸੀ ਸੁਖਬੀਰ ਸਿੰਘ ਬਾਦਲ ਜੇ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਕੰਮ ਕੀਤੇ ਸੀ ਉਹਨਾਂ ਨੇ ਪਹਿਲਾਂ ਕੁਛ ਕੀਤੇ ਸੀਗੇ ਜੀ ਪਿੱਛੇ 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 ਹਾਂਜੀ ਹੁਣ ਨਹੀਂ ਹਾਂਜੀ ਬਾਪੂ ਜੀ ਕੀਤੇ ਕੰਮ ਕੁੰਮ ਕੋਈ ਸਰਕਾਰ ਨੇ ਕਰਿਆ ਜੀ ਪੱਕੇ ਖਾਲ ਬਣਾ ਦੇ ਸੜਕਾਂ ਬਣਾ ਦੀਆਂ ਬਾਦਲ ਨਹੀਂ ਬਣਾਈਆਂ ਬਾਦਲ ਨੇ ਹਾਂਜੀ ਪੱਕੇ ਖਾਲ ਬਣਾ ਦੇ ਹੁਣ ਕੈਪਟਨ ਦੀ ਸਰਕਾਰ ਸੀ ਇਹ ਕੁਛ ਨਹੀਂ ਕਰਿਆ ਜੀ ਜਮਾਂ ਕੈਪਟਨ ਕਹਿੰਦੇ ਘਰ ਘਰ ਨੌਕਰੀ ਦੇਣੀ ਲੱਕਾ ਨਹੀਂ ਕੁਛ ਨਹੀਂ ਦਿੱਤਾ ਲਾਰੇ ਜਮਾਂ ਹਾਂਜੀ ਜਿਹੜੇ ਆਪਣਾ ਚੰਨੀ ਸਰਕਾਰ ਹੈ ਚੰਨੀ ਮਸਲੇ ਹੱਲ ਕਰਨੇ ਨੇ ਕੀਤੇ ਕੋਈ ਮਸਲੇ ਹੱਲ ਨਹੀਂ ਕਰੇ ਮਸਲੇ ਹੱਲ ਕਰੀ ਚੰਨੀ ਤਾਂ ਆਪਦਾ ਘਰ ਭਰ ਲਿਆ ਹੁਣ ਤਾਂ ਆਪਦਾ ਘਰ ਭਰ ਲਿਆ ਕਿੱਥੇ ਆਪਦਾ ਘਰ ਭਰਿਆ 10-12 ਕਰੋੜ ਦਾ ਫੜਿਆ ਗਿਆ ਤੁਹਾਡੇ MLA ਬਲਜਿੰਦਰ ਕੌਰ ਤੁਹਾਡੇ ਪਿੰਡ ਦੀ ਕੁੜੀਆਂ ਨੇ ਕੰਮ ਕੀਤੇ ਕੋਈ ਇਹਨੇ ਵੀ ਅਸਲ ਨਹੀਂ ਕੀਤੇ ਤਾਂ ਪਿੰਡ ਦੀ ਕੁੜੀ ਹੈ ਚੱਲ ਆਪਾਂ ਕਾਹਨੂੰ ਕੁਛ ਕਹਿਣਾ ਵਿਚਾਰੀ ਨੂੰ ਕੰਮ ਨਹੀਂ ਕੀਤੇ ਕੰਮ ਨਹੀਂ ਕੀਤੇ MLA ਵਾਲੀ ਕੋਈ ਆਵਾਜ਼ ਉਠਾਈ ਹੋਵੇ ਕੋਈ ਪਿੰਡ 'ਚ ਨਵੀਆਂ ਚੀਜ਼ਾਂ ਆਈਆਂ ਹੋਣ ਨਾ ਕੁਛ ਨਹੀਂ ਉਠਾਇਆ ਕੋਈ ਨਹੀਂ ਉਠਾਇਆ ਹੈ ਕੀ ਲੱਗਦਾ ਫਿਰ ਜਿਹੜੀ ਹੁਣ ਹੁਣ ਕੀ ਹੁਣ ਕੀ ਚੱਲ ਰਿਹਾ ਹਵਾ ਕੀ ਚੱਲ ਰਹੀ ਹੈ ਹਵਾ ਦਾ ਰੱਬ ਨੂੰ ਪਤਾ ਭਰਾਵਾ ਕੀ ਚੱਲੂਗੀ ਅੱਛਾ ਹਵਾ ਦਾ ਭਰਾਵਾ ਝਾੜੂ ਝਾੜੂ ਹੋਈ ਪਈ ਹੈ ਸਾਰੇ ਹਾਂ ਸਾਰੇ ਝਾੜੂ ਝਾੜੂ ਹੋਈ ਪਈ ਹੈਗੀ ਹਵਾ ਝਾੜੂ ਦੀ ਹੈਗੀ ਸਾਨੂੰ ਵੋਟਾਂ ਪਾਉਂਦੇ ਜੀ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਕਿਉਂ ਹਾਂਜੀ ਭਗਵੰਤ ਮਾਨ ਨੂੰ ਉਹ ਚੰਗਾ ਬੰਦਾ ਹੈ ਜੀ ਮਤਲਬ ਚੰਗਾ ਬੰਦਾ ਉਹਨੂੰ ਕਹਿੰਦੇ ਸ਼ਰਾਬ ਪੀਂਦਾ ਇਹ ਨਹੀਂ ਯਾਰ ਸ਼ਰਾਬ ਸ਼ਰੂ ਤਾਂ ਐਂ ਤਾਂ ਸ਼ਰਾਬ ਕੌਣ ਨਹੀਂ ਪੀਂਦਾ ਜੀ ਕਿਵੇਂ ਕਹਿੰਦੇ ਤੁਸੀਂ ਕਹਿੰਦੇ ਸੀ ਸ਼ਰਾਬ ਤਾਂ ਖਰ ਪੀਂਦਾ ਉਹ ਸਾਰੇ ਕਹੀ ਜਾਂਦੇ ਸ਼ਰਾਬ ਪੀਂਦਾ ਕੌਣ ਨਹੀਂ ਯਾਰ ਸ਼ਰਾਬ ਦੁਨੀਆਂ ਹੀ ਪੀਂਦੀ ਹੈਗੀ ਕੈਪਟਨ ਨਹੀਂ ਪੀਂਦਾ ਕੈਪਟਨ ਚੋਰੀਆਂ ਲਾ ਲੈਂਦਾ ਹੁਣ ਬਾਦਲ ਨੇ ਬਾਦਲ ਕੀ ਨਹੀਂ ਪੀਂਦੇ ਚੋਰੀਆਂ ਪੀ ਲੈਂਦੇ ਹੁਣ ਆਓ ਵੇਖ ਬਾਬਾ ਕਹਿੰਦਾ ਇੱਕ ਮਿੰਟ ਆਈ ਇੱਧਰ ਹੁਣ ਮੈਨੂੰ ਆਇਆ ਦੱਸੋ ਉਹ ਬਾਬਾ ਕਹਿੰਦਾ ਵਿਗੜਿਆ ਬੰਦਾ ਮੈਂ ਵਿਗੜਿਆ ਮੈਂ ਬੰਦਾ ਮੇਰਾ ਵਿਗੜਿਆ ਵਿਗੜਿਆ ਸਾਡਾ ਕਦੇ ਸੂਗਾ ਨਹੀਂ ਆਇਆ ਕਦੇ ਭੋਰਾ ਵੀ ਸਾਰੀਆਂ ਟੁੱਟ ਗਿਆ ਸੁੱਕੀਆਂ ਪਈਆਂ ਨਹਿਰਾ ਪਾਣੀ ਭੋਰਾ ਨਹੀਂ ਆਉਂਦਾ ਢਾਏ ਮਰੀਏ ਜਵਾਕ ਨੇ ਪਸ਼ੂ ਹਾਂ ਬਸ ਆਹੀ ਕੁਛ ਹੈ ਕਹਿੰਦੇ ਵਿਕਾਸ ਕੀਤਾ ਮੈਥੋਂ ਕੁਛ ਹੋਰ ਨਿਕਲ ਜੂਗਾ ਕਰਿਆ ਵਿਕਾਸ ਇਹਨਾਂ ਨੇ ਨਹੀਂ ਕੀਤਾ ਹਾਂ ਬਸ ਬਸ ਕੈਸਰ ਨਾਲ 20 ਬੰਦੇ ਮਰ ਗਏ ਜਗਾ ਰਾਮ ਤੀਰਥ 'ਚ 20 ਬੰਦੇ ਕੈਸਰ ਨਾਲ ਅੱਛਾ ਤੇ ਕੋਈ ਇਲਾਜ ਨਹੀਂ ਹੋਇਆ ਨਹੀਂ ਕੋਈ ਇਲਾਜ ਨਹੀਂ ਹੋਇਆ ਜੀ ਵਿਚਾਰਿਆਂ ਦਾ 20 ਬੰਦੇ ਤੋਂ ਪਹਿਲਾਂ ਮਰ ਗਏ ਜੀ ਕੈਸਰ ਨਾਲ ਹਲੇ 5-4 ਹੋਰ ਪਏ ਆ ਵਿਚਾਰੇ ਵੋਟਾਂ ਵਾਲੇ ਸਾਰੇ ਬਾਅਦ ਕਰ ਦਿੰਦੇ ਸੀ ਆਹ ਕਰਾਂਗੇ ਕਹਿੰਦਾ ਡੱਕਾ ਨਹੀਂ ਹੋਇਆ ਨਾ ਪਹਿਲਾਂ ਕਰਿਆ ਕਿਸੇ ਨੇ ਹੁਣ ਦੇਖੋ ਜੀ ਕੋਈ ਨਵਾਂ ਕਰਨਗੇ ਤਾਂ ਉਹਨਾਂ ਦੀ ਉਹ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੁਣ ਕਿਹੜਾ ਤੀਜੀ ਸਰਕਾਰ ਨੂੰ ਦੇਖਦੇ ਆ ਜੀ 5 ਸਾਲ ਜੇ ਕਰਤਾ ਠੀਕ ਹੈ ਨਹੀਂ ਤਾਂ ਨਹੀਂ ਸੀ ਫਿਰ ਹਾਂ ਹਾਂ ਇਹ ਹਾਲਾਤ ਹੈ ਜੀ ਕਿਹੜਾ ਕਹਿੰਦੇ ਹੁਣ ਮਤਲਬ ਬਦਲ ਦਿਓ ਤੀਜੇ ਨੂੰ ਹਾਂ ਤੀਜੇ ਨੂੰ ਦੇ ਦਿਓ ਮੌਕਾ ਜੇ ਕਰਤਾ ਠੀਕ ਹੈ ਆ ਜੂਗਾ ਨਹੀਂ ਤਾਂ ਫਿਰ ਹਾਂ ਨਹੀਂ 5 ਸਾਲ ਦੇਖ ਲਾਂਗੇ ਭਗਵੰਤ ਦੇ ਮੂੰਹ ਨੂੰ ਵੋਟਾਂ ਜ਼ਰੂਰ ਪਾਉਣਗਾ ਹਾਂ 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 ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਵੇਂ ਬਾਪੂ ਜੀ ਵੋਟਾਂ ਆ ਰਹੀਆਂ ਕੀ ਮਾਹੌਲ ਹੈ ਕੀ ਮਾਹੌਲ ਠੀਕ ਹੈ
ਨੌਕਰੀ ਕੈਪਟਨ ਨੇ ਕਹੀ ਮਿਲੀ ਹੈ ਉਹ ਨਹੀਂ ਮਿਲੀ ਬਾਈ ਗੱਪ ਮਾਰਿਆ ਨਾ ਕੈਪਟਨ ਗਿਆ ਫਿਰ ਝੂਠ ਤਾਂ ਝੂਠ ਹੀ ਹੁੰਦਾ ਨਾ ਜਿਹੜੇ 10 ਰੁਪਏ ਪਾਏ ਆ ਜ਼ਿਮੀਦਾਰਾਂ ਨੂੰ ਆ ਹੋਣਾ ਉਹ ਮਿਲੇਗੇ ਠੀਕ ਹੈ ਨੀ ਨਰਮੇ ਵਾਲੇ ਪੈਸੇ ਮਿਲਗੇ ਮਿਲਦੇ ਨੇ ਬਾਈ ਹਾਂ ਮਿਲ ਜਾਂਦੇ ਹਾਂ ਪੁੱਛ ਲਓ ਕਿਸੇ ਨੂੰ ਬਾਈ ਠੀਕ ਹੈ ਠੀਕ ਹੈ ਤੇ ਜਿਹੜਾ ਇਹ ਕਹਿੰਦੇ ਸੀ ਕਿ ਘਰ ਘਰ ਨਸ਼ਾ ਜਿਹੜਾ ਨਸ਼ਾ ਖਤਮ ਕਰਨੇ ਪਿੰਡਾਂ 'ਚ ਹੋਵੇ ਹੁੰਦਾ ਖਤਮ ਬਾਈ ਨਸ਼ਾ ਤਾਂ ਇਹਨਾਂ ਨੇ ਬਾਦਲ ਸਾਹਿਬ ਕਹਿੰਦੇ ਲਾ ਪੱਕਾ ਜੜ ਲਾਈ ਉਹਦੀ ਬੰਨ ਕੇ ਇਹ ਪੱਕੀ ਗੱਲ ਹੈ ਇਹ ਤਾਂ ਮੰਨਣ ਦੀ ਕੋਈ ਕੈਪਟਨਾਂ ਦਾ ਹੀ ਨੱਕ ਤੋੜ ਦੂੰ ਨਸ਼ੇ ਦਾ ਨਾ ਉਹ ਤੋੜ ਉਹਨੇ ਜਮਾਂ ਗੋਲੀਆਂ ਦੇ ਦਿੱਤੀਆਂ ਸਾਰਿਆਂ ਨੂੰ ਠੀਕ ਹੈ ਗੱਲ ਹੈ ਬਹੁਤ ਇੰਨਾ ਕੀ ਲੱਗਦਾ ਜੀ ਕੰਮ ਕੁੰਮ ਹੋਏ ਆ ਵਾਹਵਾ ਨਾ ਭਾਈ ਹੋਏ ਗਏ ਨੇ ਵਿੱਚ ਵਿੱਚ ਜੇ ਅੱਛਾ ਹਾਂ ਅਤੇ ਜਿਹੜਾ ਕਹਿੰਦੇ ਸੀ ਘਰ ਘਰ ਨੌਕਰੀ ਮਿਲੀ ਕਿਸੇ ਨੂੰ ਨਾ ਨਾ ਕੋਈ ਨੌਕਰੀ ਨਾ ਕੋਈ ਨਸ਼ਾ ਨਾ ਕੋਈ ਬੇਰੁਜ਼ਗਾਰੀ ਭੱਤਾ ਨਾ ਕੁਛ ਇਹੋ ਜਿਹੀ ਚੀਜ਼ ਕੋਈ ਨਹੀਂ ਮਿਲੀ ਇਹੋ ਜਿਹੀ ਚੀਜ਼ ਕੋਈ ਨਹੀਂ ਨਾ ਤੁਹਾਡੇ ਪਿੰਡ ਦੇ ਨੇ ਬਲਜਿੰਦਰ ਕੌਰ ਇੱਥੋਂ ਦੇ ਐਮਐਲਏ ਨੇ ਉਹਨਾਂ ਨੇ ਕੋਈ ਕੰਮ ਕੀਤੇ ਭੋਰਾ ਨਹੀਂ ਕਰਿਆ ਜੀ ਭੋਰਾ ਨਹੀਂ ਕਰਿਆ ਜੀ ਸਟਰੀਟ ਲਾਈਟਾਂ ਆਈਆਂ ਸੀਗੀਆਂ ਸੋਲਰ ਵਾਲਿਆਂ ਨੇ ਦਿੱਤੀਆਂ ਸੀ ਉਹ ਵੀ ਪੁੱਟ ਕੇ ਆਪਦੇ ਘਰੇ ਲੈ ਗਏ ਅੱਛਾ ਹਾਂਜੀ ਕੋਈ ਕੰਮ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਬੰਦਾ ਆਪਦਾ ਪਿੰਡ ਤਾਂ ਸਵਾਰਦਾ ਹੀ ਹੁੰਦਾ ਕਿਤੇ ਤੁਸੀਂ ਜਾ ਕੇ ਕਿਤੇ ਬੋਰਡ ਦੇਖ ਲਓ ਕਿਤੇ ਤੁਸੀਂ ਐਂ ਤੁਰੇ ਜਾਂਦੇ ਹੋਗੇ ਕਿਤੇ ਨਹੀਂ ਕੋਈ ਮੇਨ ਡੇਵੜੀ ਜਾਂ ਕੋਈ ਮੇਨ ਗੇਟ ਜਾਂ ਕੋਈ ਆਹ ਚੀਜ਼ ਵੀ ਆਪਦੇ ਪਿੰਡ ਦਾ ਹੋਵੇ ਸਾਡੇ ਪਿੰਡ 'ਚ ਤੁਹਾਨੂੰ ਕੋਈ ਨਿਸ਼ਾਨੀ ਨਹੀਂ ਮਿਲੂਗੀ ਨਿਸ਼ਾਨੀ ਨਹੀਂ ਮਿਲੂਗੀ ਨਾ ਜੀ ਕੋਈ ਪਿੰਡ ਦੇ ਮੁੱਦੇ ਚੱਕੇ ਹੁਣ ਕੋਈ ਸਕੂਲ ਕਾਲਜ ਨੂੰ ਲਿਆਉਣ ਵਾਸਤੇ ਕੋਈ ਕੀਤਾ ਹੋਵੇ ਨਾ ਜੀ ਪੂਰਾ ਨਹੀਂ ਕਰਿਆ ਜੀ ਕੰਮ ਕੁੰਮ ਹੋਏ ਜੀ ਸਰਕਾਰ 'ਚ ਨਹੀਂ ਹੋਏ ਜੀ ਨਹੀਂ ਹੋਏ ਕਹਿੰਦੇ ਘਰ ਘਰ ਨੌਕਰੀ ਨਾ ਗਲਤ ਹੈ ਨਹੀਂ ਨਹੀਂ ਹੋਏ ਅਤੇ ਨਸ਼ਾ ਖਤਮ ਕਰਨਾ ਸੀ ਨਾ ਨਸ਼ਾ ਖਤਮ ਹੋਇਆ ਵਾਧੂ ਮਿਲਦਾ ਹੈ ਚਿੱਟਾ ਲੈਣਾ ਸਾਡੇ ਪਿੰਡੋਂ ਹੀ ਮਿਲ ਜੂਗਾ ਅੱਛਾ ਜੀ ਹਾਂਜੀ ਇਹ ਹਾਲ ਹੈ ਹਾਲ ਆ ਇਹੀ ਹਾਲ ਹੈ ਜੀ ਬਹੁਤ ਬੁਰਾ ਹਾਲ ਆ ਗਿਆ ਬੱਚਿਆਂ ਦਾ ਕੈਪਟਨ ਦਾ ਕਹਿੰਦੇ ਲੱਕ ਤੋੜਤਾ ਲੱਕ ਟੁੱਟਿਆ ਹੋਈ ਕੈਪਟਨ ਦਾ ਜਦੋਂ ਕੋਈ ਵਾਅਦੇ ਨਹੀਂ ਪੂਰੇ ਕੀਤੇ ਉਹਨੇ ਨਸ਼ੇ ਦਾ ਲੱਕ ਤੋੜਤਾ ਕਹਿੰਦਾ ਐਵੇਂ ਮਰੀ ਜਾਂਦਾ ਸਭ ਨਸ਼ੇ ਪੱਤੇ ਵਾਧੂ ਮਿਲਦੇ ਆ ਜਿੱਥੋਂ ਮਤਲਬ ਮੰਡੀਓਂ ਲੈ ਲਓ ਸਾਡੇ ਪਿੰਡੋਂ ਲੈ ਲਓ ਵਾਧੂ ਮਿਲਦੇ ਨੇ ਅੱਛਾ ਜੀ ਹਾਂਜੀ ਅਤੇ ਜਿਹੜਾ ਇਹ ਕਹਿੰਦੇ ਹੈਗੇ ਵੀ ਅਸੀਂ 90% ਵਾਅਦੇ ਪੂਰੇ ਕੀਤੇ ਉਹ ਕਿਹੜੇ ਕੀਤੇ ਆ ਤੁਹਾਨੂੰ ਤੁਸੀਂ ਆਪ ਹੀ ਵੇਖ ਲਓ ਜੀ ਕਿਹੜੇ ਘਰ ਘਰ ਨੌਕਰੀ ਦਾ ਵਾਅਦਾ ਕਰ ਸੀ ਉਹ ਨਹੀਂ ਪੂਰਾ ਕੀਤਾ ਜੀ ਅਤੇ ਹੋਰ ਵੀ ਕੋਈ ਕੰਮ ਮੇਰੇ ਖਿਆਲ 'ਚ ਤਾਂ ਨਹੀਂ ਕੀਤੇ ਨਹੀਂ ਕੀਤੇ ਨਹੀਂ ਨਹੀਂ ਕੀਤੇ ਕੋਈ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਿਆ ਹੋਵੇ ਨਹੀਂ ਮਿਲਿਆ ਜੀ ਨਹੀਂ ਮਿਲਿਆ ਇੱਥੇ ਨੌਜਵਾਨ ਤੁਹਾਨੂੰ ਮਿਲ ਹੀ ਜਾਣਗੇ ਜੀ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ ਕੋਈ ਸਕੂਲ ਕਾਲਜ ਨਵੇਂ ਖੋਲੇ ਹੋਣ ਨਾ ਜੀ ਡੱਕਾ ਨਹੀਂ ਕਰਿਆ ਆ ਸਾਡੇ ਪਿੰਡ ਦੀ ਕੁੜੀ MLA ਹੈ ਉਹ ਹਸਪਤਾਲ ਆਇਆ 58 ਦਾ ਸਾਡਾ ਸਾਰਾ ਪਿੰਡ ਕਹਿ ਕੇ ਮਰ ਗਿਆ ਵੀ ਤੂੰ ਆਹੀ ਕੰਮ ਕਰਦੇ ਸਿੱਕੜ ਵੀ 58 ਦਾ ਹਸਪਤਾਲ ਆਇਆ ਗਿਆ ਆਪਣੇ ਪਿੰਡ ਨੂੰ ਸਹੂਲਤ ਹੋ ਜੂ ਅਤੇ ਢੂਈ ਨਹੀਂ ਮਾਰੀ ਜੀ ਕਿਸੇ ਦੀਆਂ ਨੇ MLA ਬਜਿੰਦਰ ਕੌਰ ਨੇ ਕੋਈ ਕੰਮ ਨਹੀਂ ਨਹੀਂ ਡੱਕਾ ਨਹੀਂ ਕਰਿਆ ਜੀ ਆਪਦੇ ਪਿੰਡ ਦਾ ਵੀ ਨਾ ਜੀ ਇੱਕ ਜਿੰਮ ਮਿਲੀ ਸੀਗੀ ਪਿੰਡ ਪਿੰਡ ਵਾਸਤੇ ਚੱਕ ਕੇ ਆਪਦੇ ਘਰੇ ਲੈ ਗਈ ਸਕੂਲ 'ਚੋਂ ਅੱਛਾ ਜੀ ਅਤੇ ਜਾ ਕੇ ਵੇਖ ਸਕਦੇ ਉਹਦੇ ਘਰੇ ਹੈਗੀ ਮਤਲਬ ਪਿੰਡ ਦਾ ਕੁਛ ਨਹੀਂ ਸਵਾਰਿਆ ਨਾ ਕੁਛ ਨਹੀਂ ਸਵਾਰਿਆ ਜੀ ਡੱਕਾ ਨਹੀਂ ਸਵਾਰਿਆ ਪਿੰਡ ਦੇ ਲੋਕਾਂ ਦੇ ਨਾਲ ਖੜੀ ਨਹੀਂ ਨਹੀਂ ਖੜੀ MLA ਤੇ ਬਣਾ ਕੇ ਕੋਈ ਕੰਮ ਫਰਜ਼ ਨਿਭਾਏ ਆਪਦੇ ਉਹਨੇ ਨਹੀਂ ਨਿਭਾਏ ਨਹੀਂ ਨਿਭਾਏ ਆਪਦਾ ਘਰ ਬਣਾਇਆ ਜੀ ਘਰ ਆਪਦਾ ਵਾਧੂ ਨੋਟਾਂ ਦਾ ਭਰ ਲਿਆ ਅੱਛਾ ਹਾਂਜੀ ਤੁਹਾਡਾ ਨਹੀਂ ਕੰਮ ਕੀਤਾ ਨਹੀਂ ਸਾਡਾ ਨਹੀਂ ਕੀਤਾ ਜੀ ਠੀਕ ਹੈ ਹਾਂਜੀ ਉਹੀ ਪਾਰਟੀ ਨਹੀਂ ਸਾਰੇ ਸਾਨੂੰ ਤਾਂ ਕਹਿੰਦਾ ਉਹ ਤਾਂ ਸੁਣ ਦਿਸੀ ਜਾਂਦਾ ਕੀ ਹਾਲ ਆ ਪਿੰਡ ਦਾ ਹੁਣ ਕੋਈ ਨਹੀਂ ਕੀਤਾ ਹੈ ਨਾ ਕੁਛ ਨਹੀਂ ਡੱਕਾ ਨਹੀਂ ਕਰਿਆ ਕੱਲੇ ਸਕੂਲਾਂ ਦੇ ਰੰਗ ਕਰਤਾ ਇਹ ਤਾਂ ਕਹਿੰਦੇ ਵਿਕਾਸ ਬਹੁਤ ਕੀਤਾ ਸਾਨੂੰ ਤਾਂ ਜਿਹਨੇ ਦਿਖਾ ਦਿਓ ਤੁਸੀਂ ਪਿੰਡ 'ਚ ਪੁੱਛ ਲਓ ਕਿਸੇ ਨੂੰ ਪੁੱਛ ਲਓ ਪਿੰਡ 'ਚ ਵੀ ਵਿਕਾਸ ਕਿੰਨਾ ਕੁ ਹੋਇਆ ਜੇ ਹੋਇਆ ਤਾਂ ਪਤਾ ਲੱਗਦੀ ਸੀਗਾ ਹੋਇਆ ਕਿਸੇ ਸਰਕਾਰ ਦਾ ਨਹੀਂ ਹੋਇਆ ਜੀ ਨਾ ਅਕਾਲੀ ਦਲ ਦਾ ਹੋਇਆ ਨਾ ਕਾਂਗਰਸ ਦਾ ਹੋਇਆ ਜੀ ਇੱਥੇ ਵਿਕਾਸ ਨਾ ਜੀ ਨਾ ਬਸ ਆ ਕੇ ਸਾਡਾ ਚੰਮ ਲਾ ਕੇ ਤੁਰ ਜਾਂਦੇ ਆ ਹਾਂ ਬਿਲਕੁਲ ਜੀ ਅੱਛਾ ਇੱਕ ਜਿਹੜਾ ਕਹਿੰਦੇ ਸੀਗੇ ਵੀ ਘਰ ਘਰ ਨੌਕਰੀ ਮਿਲੀ ਕਿਸੇ ਨੂੰ ਬਈ ਮੈਂ ਤਾਂ ਕਿੱਥੇ ਹੁੰਦਾ ਕੋਈ ਭਾਲ ਦੇ ਦੋ ਪਏ ਇਹਦੇ ਮੁੰਡੇ ਆ ਕੋਈ ਨੌਕਰੀ ਵਾਲਾ ਭਾਲ ਦਿਓ BA ਕਰੀ ਆ MA ਕਰੀ ਆ ਕੋਈ ਜਵਾਕ ਤੁਰੇ ਫਿਰਦੇ ਕਿਸੇ ਨੂੰ ਨੌਕਰੀ ਦਾ ਇੱਕ ਬੱਚਾ ਭਾਲ ਦਿਓ ਕਾਂਗਰਸ ਦੇ ਰਾਜ ਵੀ ਇਹਨੂੰ ਨੌਕਰੀ ਮਿਲੀ ਹਜੇ ਬਾਦਲ ਵਾਲਿਆਂ ਦੇ ਮਤਲਬ ਹੋਏ ਸੀ ਪੁਲਿਸ 'ਚ ਮੁੰਡੇ 8-10 ਭਰਤੀ ਹੋਏ ਸਾਡੇ 'ਚ ਉਦੋਂ ਪਹਿਲਾਂ ਕੋਈ ਬੰਦਾ ਨਹੀਂ ਭਰਤੀ ਹੋਇਆ ਕੋਈ ਨੌਕਰੀ ਨਹੀਂ ਮਿਲੀ ਕੋਈ ਬੰਦਾ ਇੱਕ ਪਿੰਡ 'ਚ ਉਂਗਲ ਖੜੀ ਕਰਕੇ ਕਹਿੰਦੇ ਵੀ ਅਸੀਂ ਉਹ ਕਰੇ ਆ ਡੱਕੇ ਜੀ ਅਤੇ ਜਿਹੜਾ ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦੇਣਾ ਹੋ ਗਿਆ ਖਤਮ ਸਾਡੇ ਦਾ ਜੀ ਹੁਣ 4 ਸਾਲਾਂ ਦਾ ਸਾਡੇ ਪਿੰਡ 'ਚ ਨਸ਼ਾ ਆਇਆ ਕੋਈ ਬੰਦਾ ਕਹਿੰਦੇ ਵੀ ਉਦੋਂ ਪਹਿਲਾਂ ਨਸ਼ਾ ਸੀ ਸਾਡੇ ਪਿੰਡ ਚਿੱਟਾ ਪਹਿਲਾਂ ਨਾਲੋਂ ਵੱਧ ਗਿਆ ਜੀ ਵੱਧ ਗਿਆ ਪਹਿਲਾਂ ਨਾਲੋਂ ਵੱਧ ਗਿਆ ਨਸ਼ਾ ਜੀ ਕਿਸੇ ਨੇ ਕੋਈ ਕੰਟਰੋਲ ਨਹੀਂ ਕੀਤਾ ਕਿਸੇ ਸਰਕਾਰ ਨੇ ਨਾ ਜੀ ਖੁਦ ਮਿਨਿਸਟਰਾਂ ਦੇ ਨਾਲ ਲੱਗ ਕੇ ਇਹ ਆਪ ਕੋ ਖੁਦ ਨਸ਼ਾ ਉਹ ਵਿਕਾਉਂਦੇ ਆ ਜੀ ਹਾਂਜੀ ਉਹਨਾਂ ਦੀ ਸ਼ਹਿ 'ਤੇ ਜਿਹੜੇ ਲੋਕ ਨਸ਼ਾ ਵੇਚਦੇ ਆ ਬਸ ਇਹਨਾਂ ਦੇ ਮਿਨਿਸਟਰਾਂ ਦੀ ਮੈਂ ਫਲਾਣੇ ਦਾ ਬੰਦਾ ਜੀ ਮੈਂ ਇਹਦਾ ਗਾ ਬੰਦਾ ਗਾ ਅਕਾਲੀ ਦਲ ਦਾ ਮੈਂ ਕਾਂਗਰਸ ਦਾ ਬੰਦਾ ਗਾ ਪਾਏ ਕਰਕੇ ਨਸ਼ਿਆਂ ਦਾ ਜ਼ਿਆਦਾ ਜ਼ੋਰ ਆ ਜੀ ਪੁਲਿਸ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲਿਆਂ ਨਹੀਂ ਜੀ ਪੁਲਿਸ ਵਾਲਿਆਂ ਸਾਰੇ ਦੀ ਗੱਲ ਹੀ ਨਹੀਂ ਜੀ ਪੁਲਿਸ ਨੂੰ ਕੀ ਕਰਾਂਗੇ ਜੀ ਫੋਨ ਪਹਿਲਾਂ ਉੱਠ ਜਾਂਦਾ ਪੁਲਿਸ
एक गरीब नए दान यदा घर दे लो डिग्या पाया गरीब बंदे का एक पंज मर लिया कि पंज गिठा ही थान दिता होगी देनदार हाँ किसी का कोई कोई जगह कित नहीं कैप्टन का कहना 92% वादे पूरे करते नौकरी दवाई है जी मिनिस्टर के मुंडिया ते जिहड़े आम जनता जी उन्होंने कोई किसी नौकरी नहीं दवाई जी इन्होंने ना जी ना इन्होंने एस एस पी डीसी वगैरह सारे मुंडे ला दिते जी पर जिहड़े इत्थे बारी बारी फार्म भरा के कितने तो जी आ पटवारियों की आ गई जी ये फार्म भरो जी वो लखा रुपया इन्होंने कमा लिया जी दीनदार मंगले का भी देवे ना देवे सानू डक्का नहीं आया हजे तक बोर्ड ला दे सारे बसां ते चन्नी ने तो बेचारे ने बहुत कुछ लाया बई डिसीजन दा आपां सारयां नूं डिसीजन चन्नी ने तां ब्याह भी रेता सस्ता करते रेता कितों सस्ता हो गया 92 रुपये लिया मैं मकान पाई जाना सस्ता हो गया सानू दबा देना असीं लै लांगे जे कोई दुकान तो हाँ 92 रुपये लैना बई हाँ महंगा हाँ महंगा लै ही नहीं पहुंच बंद करता कम हूँ होर की करे नरमा है ही नहीं हूँ हालात है जे कही घर घर चली गल चन्नी कर गया मसले हल वो की हल हो हल दी सी जाते सुनो हल दी कोई कम तो होया नहीं ਇਹਦਾ ਗੱਪ ਮਾਰੀ ਜਾਂਦੇ ਗੱਪ ਛੱਡੀ ਜਾਂਦੇ ਅਸੀਂ ਸੁਣਨ ਵਾਲੇ ਹੁਣ 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 ਸੁਣਦੇ ਨਹੀਂ ਹੁਣ ਲੋਕ ਮਾਰਦੇ ਨਾ 70 ਹੁਣ ਤਾਂ ਪਿੰਡ 'ਚੋਂ ਮੇਰੇ ਵਰਗੇ ਵੀ ਲੱਗ ਜਾਂਦੇ ਮੂਹਰੇ ਵੀ ਚੱਲ ਤੁਰ ਪੈਂਦੇ ਆ ਪਾਰਟੀਆਂ ਵਾਈਆਂ 'ਚ ਹੋ ਗਿਆ ਹੋਰ ਕੁਛ ਨਹੀਂ ਬਈ ਡੱਕਾ ਨਹੀਂ ਨਾ ਡੱਕਾ ਨਹੀਂ ਕੁਛ ਨਹੀਂ ਕੋਈ ਨਵੇਂ ਸਕੂਲ ਕਾਲਜ ਖੁੱਲੇ ਹੁਣ ਏਰੀਆ 'ਚ ਸਾਡੇ ਤਾਂ ਕੁਛ ਨਹੀਂ ਬੰਦ ਤਾਂ ਕਰਤੇ ਬਈ ਬੰਦ ਕਰਤੇ ਹੈ ਹਾਂ अड्डा अड गया बस स्टैंड दे हाल देख लो साडे विकास दस दन इत्थों छप्पड़ा च पानी देख लो जाके आ गली देख लो कुछ नहीं कोई पूरा विकास नहीं बई जी जमा पूरा डक्का 36,000 पोस्टां मैं खुद आप मुलाजम सी रिटायर होया होया हां जी उन्होंने कागजां च पक्के करते जी कोई मुलाजम नहीं पक्का किया मैनू 1 साल हो गया रिटायर होए नू मेरा अज तक गवर्नमेंट ने एरिया वगैरह जहाँ कोई बकाया सी कुछ नहीं दिता जी मुझे धक्के असी दफ्तरां च खांदे फिरदे आ जी अंकल जी वोटां दा बस माहौल चली जाते जी चली जाते माहौल तो चली जाते और की लग रहा इस बार बदलाव आवे चंगी गल नहीं फिर हम सरकार तो देख ही हाँ दो पार्टियों तो 70 साल तो देख ही लिया आप जो तीजी पार्टी आवे देखो इन्होंने भी देख लगे 5 साल दे के बदलाव का जी पहला सरकार से कैप्टन अमरिंदर सिंह काम किए सरकार ने कले वादे सी हुण जे एडे एडे वादे ही ना करया करन पहला सरकारां दा लोड़ ही नहीं पैंदी है उहदा समा जिहड़े हुण वाली पीढ़ी हैगी ओह रुजगारां दे पिछे लग जांदी है वी सानूं आह कुछ देणगे लारियां पिछे लग जांदी है नहीं आपदे घरां दे कम्मां तों भी खो के बहि गए नौजवान मुंडे हैं नशियां दा पगतार बड़ा वध गया हां बस इह चीज़ां जिवें कहिंदे सी घर घर नौकरी मिली किसे हां किसे नूं नहीं मिली है ना किसी नूं घर घर नौकरी मिली है हुण तुसीं इन्ना खेतीबाड़ी का इन्ना नुकसान हो गया उदों तां वादिआं वाले पैसे तो की देने सी हुण वाले भी नहीं दे रहे हैं जिन्हां दे नरमे दे खेती मर गई पैसे नहीं आए हैं नहीं आए जी चन्नी साहब ने तां बोर्ड लाते सी वड्डे वड्डे तुहानूं जी ओह कल्ले बोर्ड ही लगे रह गए हुण जिन्हां ने वादे करी जांदे हुण पा नहीं सकदे हुण पैसे ओह ना खातिआं च इत्थे पटवारियां कोले तुरे फिरदे आ लोक तहसीलां च तुरे फिरदे आ जां तां वादा करिआ गा जिवें उदों इन्हां ने सरकार ने पाए सी अकालियां दे ने 8,000 रुपया आया सी सिद्धे आ गए सी अगलिआं दे हुण इन्हां दे रौले ही पई जांदे आ कै महीने हो गए इन्हां दे लाण करिआं नूं बेरोजगार करते समा नशा खत्म कर देना हो गया नहीं खत्म कुछ नहीं होया जी उदो वध गया असि तो साडे पिंड दा तां इह कहने जी उदो वध गया इन्हां दी सरकार वेले नशा समाज पहला घट सी हुण उदो वध गया इन्हां दी सरकार च 5 सालां च बाद गया जी फिर जे कोई 2-2 रुपये देंदे आ पिंड च किसी पंचायत नूं नहीं दे के जांदे 2-4 बंदिआं नूं दे जांदे आ ओह आपो आपदे घरां कोले ला लैंदे आ कि इट्टां ला लईआं किसी ने कुछ कर लिया कोई इहो जिहा कुछ करके ते किसी दा कोई ऐ ओह पिंड वाला वादा भी नहीं पूरा करिआ पूरा नहीं करिआ कीते बापू जी कम कुम कोई सरकार ने कुछ नहीं करिआ जी हैं ए सरकार ने कुछ नहीं करिआ ना इहनां दे कहिंदे कैप्टन साहब तां कहिंदे 92% वादे पूरे करते मैं कुछ नहीं करिआ गुटके दीआं झूठियां सोहां खा के टप गिआ आप कोई नौकरी नशा ते लाते इन्होंने
ਨੌਕਰੀਆਂ ਦੇ ਕਿਹੜਾ ਲੱਗੂਗਾ? ਕੁਛ ਨੀ ਤੋੜਿਆ, ਕੋਈ ਕੌਣ ਕਹਿੰਦਾ? ਸਾਹਮਣੇ ਆਵੇ ਕਿਤੇ ਗੱਲਬਾਤ ਕਰੇ, ਕੋਈ ਬੈਠ ਕੇ ਸਾਡੇ ਨਾਲ ਕੋਈ ਕਰੇ, ਕਿਸੇ ਨਾਲ ਕਰੇ, ਜਨਤਾ ਦਾ ਖਬਰ ਸਬਰ ਤਾਂ ਲਾਵੇ ਆ ਕੇ ਕੋਈ ਪਿੰਡਾਂ ਨਗਰਾਂ ਚ ਕਿਸੇ ਨੂੰ ਕੁਛ ਨੀ ਦਿੱਤਾ, ਸਾਡੇ ਪਿੰਡ ਚ ਰੁਪਇਆ ਵੀ ਨੀ ਆਇਆ ਹਜੇ। ਬੱਸਾਂ ਦੇ ਮੋੜ ਤਾਂ ਮਗਰ ਲਾਤੇ ਸੀ, ਉਹ ਤਾਂ ਲਾਈ ਬੈਠੇ ਆਪਦੀ ਮਰਜ਼ੀ ਨਾਲ, ਕੋਈ ਲਾਈ ਅਸੀਂ ਤਾਂ ਨੀ ਲਾਏ, ਉਹਨਾਂ ਨੇ ਲਾਏ ਆ। ਕਿਸੇ ਨੂੰ ਕੁਛ ਨੀ ਆਇਆ। ਆਹ ਚੱਲੇ ਆ, ਆਹ ਤੁਹਾਡੇ ਜੇਬ ਦੇ ਵਿੱਚ ਦੇਖ ਰਹੇ ਜਮਾਂ ਬੰਦੀ ਆ, ਇੱਕ ਪਟਵਾਰਖਾਨੇ ਜਾਂਦੇ ਹੋ ਜਾਂ ਕਿਤੇ ਜਾਂਦੇ ਹੋ, ਬਿਨਾਂ ਪੈਸਿਆਂ ਤੋਂ ਕਦੇ ਸੁਣਵਾਈ ਹੋਈ ਆ? ਨਾ ਨਾ, ਪੈਸੇ ਲੈਂਦੇ ਆ ਫਿਰ ਜਾ ਕੇ ਗੱਲ ਆਈ ਕਰ ਦਿੰਦੇ ਆ, ਹੱਥੀ ਕਰ ਦਿੰਦੇ ਆ। ਅੱਛਾ, ਹਾਂ ਕਹਿੰਦੇ ਆ ਨਾ ਵੀ ਜਿਹੜੇ ਜਿਹੜਾ ਮੁਲਾਜ਼ਮ ਉਹਨਾਂ ਦੇ ਹੱਥ ਕਰ ਦਿੰਦੇ ਆ, ਵੱਡੇ ਲੀਡਰ ਦੇ ਪਿੱਛੇ ਬੈਠੇ ਹੁੰਦੇ ਆ ਵੀ ਏਦੂ ਘੱਟ ਤਾਂ ਹੋਣਾ ਹੀ ਨਹੀਂ, ਏਦੂ ਘੱਟ ਹੋਣਾ। ਇਹ ਕਹਿੰਦੇ ਆ ਨਾ ਵੀ ਜਿਹੜੇ ਪਟਵਾਰੀ ਹੁੰਦੇ ਆ ਜਾਂ ਸਰਕਾਰੀ ਮੁਲਾਜ਼ਮ, ਇਹ ਨੌਕਰ ਹੁੰਦੇ ਆ ਜਨਤਾ ਦੇ, ਹੈ ਵਾਕਈ ਗੱਲ ਇਹ? ਹੈ ਤਾਂ ਹੈ ਤਾਂ ਹੀ ਹੈ, ਹੈ ਐਵੇਂ ਹੈ, ਪਰ ਹੈ ਕਾ ਨੌਕਰਾਂ ਵਾਲਾ ਕੰਮ ਕਰਦੇ? ਨੌਕਰਾਂ ਵਾਲਾ ਨਹੀਂ ਕਰਦੇ, ਸਾਡੇ ਨਾਲ ਨਹੀਂ ਕਰਦੇ, ਸਾਡੇ ਨਾਲ ਨਹੀਂ ਕਰਦੇ, ਨਹੀਂ ਕਰਦੇ। ਕਿਵੇਂ ਲੱਗਦਾ ਕੋਈ ਹੋਵੇ ਨੌਜਵਾਨਾਂ ਦੇ ਕੰਮ? ਇੱਕ ਵੀ ਨਹੀਂ, 1% ਵੀ ਨਹੀਂ ਜਾਣਾ, 1% ਵੀ ਨਹੀਂ। ਸਕੂਲ ਕਾਲਜ ਨਵੇਂ ਖੋਲੇ ਹੁਣ, ਡੱਕਾ ਵੀ ਨਹੀਂ, ਇਕੱਲੇ ਸਕੂਲਾਂ ਦੇ ਮੂਹਰੇ ਬੋਰਡ ਲੱਗ ਗਏ, ਸਮਾਰਟ ਕਲਾਸ ਸਾਹਮਣਾ ਤਾਂ ਹੋਰ ਹੈ, ਪਿੱਛੇ ਤਾਂ ਸਭ ਕੁਛ ਉਹੀ ਹੈ, ਪਿੱਛੇ ਸਭ ਕੁਛ ਉਹੀ ਹੈ, ਬਿਲਕੁਲ। ਉਸ ਕੁਛ ਕਰੀ ਬੈਠਿਆ ਜੀ, ਬੱਚਿਆਂ ਨੂੰ ਇਹ ਆਪ ਤਾਂ ਰੈਲੀਆਂ ਕਰਦੇ ਫਿਰਦੇ ਆ, ਬੱਚਿਆਂ ਦੇ ਸਕੂਲ ਬੰਦ ਕਰ ਰੱਖਿਆ ਪਿੰਡਾਂ 'ਚ, ਹੁਣ ਕਿੰਨਾ ਕੁ ਇੰਨੀ ਬਿਮਾਰੀ ਚੱਲੀ ਆਈ, ਜਿਹੜੇ ਇਹ ਆਪ ਜਦੋਂ ਰੈਲੀਆਂ ਕਰਦੇ ਉਦੋਂ ਨਹੀਂ ਬਿਮਾਰੀ ਦਾ, ਹੈਂ ਆਪ ਦੋ ਦੋ ਚਾਰ ਚਾਰ ਸੌ ਬੰਦਾ ਇਕੱਠਾ ਕਰੀ ਫਿਰਦੇ ਆ, ਸਕੂਲ 'ਚ ਬੱਚਿਆਂ ਨੂੰ ਘਰਾਂ 'ਚ ਤਾੜ 'ਤੇ, ਖਰਚੇ ਵਧਾ 'ਤੇ, ਆਉਣ ਕਲਾਸਾਂ ਲੱਗਣ ਲਾ ਤੀਆਂ, ਕੋਈ ਵਿਕਾਸ ਨਹੀਂ ਹੋਇਆ, ਕੁਛ ਨਹੀਂ। ਪੜ੍ਹਦੇ ਹੋਵੇ ਜਿਵੇਂ ਸਕੂਲ 'ਚ ਪੜ੍ਹਦੇ? ਨਹੀਂ ਪੜ੍ਹਦੇ ਜੀ, ਬੱਚੇ ਕਿੱਥੋਂ ਪੜ੍ਹਨਗੇ, ਬੱਚੇ ਖੇਡ ਲੱਗ ਜਾਂਦੇ ਹੈਗੇ, 10 ਮਿੰਟ ਲਾਉਂਦੇ ਆ ਕਲਾਸ, ਫਿਰ ਆਖ ਦਿੰਦੇ ਆ ਜੀ ਸਾਨੂੰ ਕੰਮ ਹੋ ਗਿਆ, ਕੁਛ ਹੋ ਗਿਆ, ਉਹਨਾਂ ਨੂੰ ਆਪਦੀਆਂ ਤਨਖਾਹਾਂ 'ਤੇ ਕਰਾ, ਮਾਸਟਰਾਂ ਨੂੰ ਖਰਚੇ ਵਧਾ 'ਤੇ ਸਰਕਾਰਾਂ ਨੇ, ਕੋਈ ਬਿਮਾਰੀ ਕੰਨੀ ਵੀ ਨਹੀਂ ਧਿਆਨ ਦਿੱਤਾ ਹੈ, ਜੇ ਹੁਣ ਉੱਦਣ ਦੇ ਟੀਕੇ ਲਾ ਕੇ ਤਾਂ ਕਿੱਦਾਂ ਦੇ ਬੱਚੇ ਅੱਜ ਨੂੰ ਸਕੂਲਾਂ 'ਚ ਜਾਣ ਲੱਗ ਜਾਂਦੇ? ਹੁਣ ਵੋਟਾਂ ਪੈਣਗੀਆਂ, ਉੱਥੇ ਵੀ ਇਕੱਠ ਹੋਊਗਾ, ਇਕੱਠ ਤਾਂ ਹੋ ਹੀ ਜਾਣਾ ਜੀ, ਇਕੱਠ ਤਾਂ ਸਕੂਲਾਂ 'ਚ ਹੀ ਹੋਣਗੇ, ਅੱਜ ਹੀ ਬਥੇਰੇ ਇਕੱਠ ਕਰੀ ਜਾਂਦੇ ਹੈਗੇ, ਪਰ ਬੱਚਿਆਂ ਨੂੰ ਅੰਦਰ ਵਾੜ ਕੇ ਬਹਾਤਾ ਇਹਨਾਂ ਨੇ, ਆਪਦੀਆਂ ਰੈਲੀਆਂ ਕਰਦੇ ਫਿਰਦੇ ਆ, ਸਾਡੇ ਬੱਚਿਆਂ ਦਾ ਨੁਕਸਾਨ, ਭਵਿੱਖ ਆ ਜਿਹੜਾ ਆਉਣ ਵਾਲਾ ਬੱਚਿਆਂ ਦਾ ਖਰਾਬ ਕਰਿਆ, ਬੱਚਿਆਂ ਦਾ ਖਰਾਬ। ਹਾਂਜੀ, ਸਕੂਲ 'ਚ ਤਾਂ 400 ਬੱਚਾ ਹੋਊਗਾ, ਇੱਥੇ ਰੋਜ਼ ਇਕੱਠ ਹੁੰਦਾ, 1000 ਬੰਦੇ ਦਾ ਇਕੱਠ ਹੁੰਦਾ, ਉਦੋਂ ਕਰੋਨਾ ਕਿੱਥੇ ਗਿਆ ਹੋਇਆ, ਆਉਂਦੇ ਅੱਜ ਵੀ ਆਊਗਾ, ਹੁਣੇ ਆਊਗਾ, ਪਾਰਕ 'ਚ ਵਗ ਜਾਓ, ਪਾਰਕ 'ਚ ਹੁਣੇ ਦੇਖੋ 5 ਮਿੰਟਾਂ 'ਚ ਜਾ ਕੇ, ਹਾਂ ਵਾਧੂ ਕਿਹੜਾ ਲੀਡਰ ਆ ਰਿਹਾ, ਇੱਥੇ ਕਾਂਗਰਸ ਹੀ ਆ ਰਿਹਾ, ਚਟਾਣਾ ਚਟਾਣਾ ਉਹਦੇ ਕੇ ਕੱਚ ਇਕੱਠ ਹੋਇਆ ਵਾ, ਹਾਂ ਹਾਂ 1000 ਬੰਦੇ ਦਾ ਇਕੱਠ ਹੈਗਾ, ਤੇ ਸਕੂਲ 'ਚ 400 ਬੱਚਾ ਵੀ ਨਹੀਂ ਹੁੰਦਾ ਹੈਗਾ, ਉਦੋਂ ਬਿਮਾਰੀ ਕਿੱਧਰ ਗਈ ਹੈ, ਕੋਈ ਵਿਕਾਸ ਨਹੀਂ, ਕੁਛ ਨਹੀਂ, ਇੱਥੇ ਸਾਡਾ ਵਾਰਡ ਆ, ਇਹਦੇ 'ਚ ਇੱਕ ਡਲੀ ਵੀ ਲੱਗੀ ਹੋਵੇ ਤਾਂ ਕੋਈ, ਚਟਾਣੇ ਨੇ 5 ਸਾਲ ਦਾ ਖਬਰਸਾਰ ਨਹੀਂ ਲਈ, ਆ ਹੁਣ 20 ਦਿਨਾਂ ਦਾ ਕਦੇ ਕਿਸੇ ਨੂੰ 2 ਬੰਦਿਆਂ ਨੂੰ ਪੈਸੇ ਦੇ ਜਾਂਦਾ, 4 ਨੂੰ ਦੇ ਜਾਂਦਾ ਹੈਗਾ, ਕੋਈ ਥੋੜ੍ਹੇ ਬਹੁਤੇ ਦੇ ਜਾਂਦਾ, ਉਹ ਆਪਦੇ ਘਰਾਂ ਮੂਹਰੇ ਚੜ ਲੈਂਦੇ, ਕਿਸੇ ਦਾ ਪਿੰਡ ਦਾ ਵਿਕਾਸ ਨਹੀਂ ਕਰਿਆ, 5 ਸਾਲਾਂ 'ਚ ਭੱਠਾ ਵਾਹ ਕੇ ਰੱਖਦਾ, ਨਸ਼ੇ ਦੇ ਬਥੇਰੇ ਢੇਰ ਲਾ ਤੇ, ਨੌਜਵਾਨਾਂ ਦੀਆਂ ਪੀੜ੍ਹੀਆਂ ਖਤਮ ਕਰਤੀਆਂ ਸਾਡਿਆਂ ਦੀਆਂ, ਹੈਂ ਸਾਡੇ ਤਾਂ ਖੇਤੀ ਦੇ ਕੰਮ ਵੀ ਇਹਨੇ ਖਰਾਬ ਕਰਕੇ ਰੱਖਤੇ, ਬੱਚੇ ਨਹੀਂ ਖੇਤੀ ਦੇ ਕੰਮਾਂ 'ਤੇ ਹੀ ਲੱਗ ਜਾਂਦੇ, ਹਾਂ ਆਪਦਾ ਕੰਮ ਤਾਂ ਕੋਈ ਤੋਰਦੇ, ਕੋਈ ਡੈਰੀ ਦਾ ਤੋਰਦਾ, ਕੋਈ ਸਹਾਇਕ ਧੰਦਾ ਨਾਲ ਤੋਰਦਾ, ਉਹ ਹੁਣ ਬੱਚੇ ਕਹਿੰਦੇ ਜੀ ਸਾਨੂੰ ਨੌਕਰੀ ਮਿਲੂ, ਵਾਅਦਾ ਕਰੇ ਆ, ਵਾਅਦੇ ਕਿਸੇ ਨੇ ਪੂਰੇ ਨਹੀਂ ਕਰੇ, ਸਰਕਾਰਾਂ ਨੇ ਆ ਫਿਰਦੇ ਹੈਗੇ, ਨਸ਼ਿਆਂ 'ਤੇ ਤਾਂ ਜ਼ਰੂਰ ਲਾਤੇ ਇਹਨਾਂ ਨੇ, ਹਾਂ ਹੋਰ ਦੇਖਿਆ ਆਪਦੀ ਸਰਕਾਰ ਦੇ ਵਿਰੁੱਧ, ਆਪ ਹੀ ਆ ਨਰਮੇ ਦੇ ਮੁਆਵਜ਼ੇ ਵਾਸਤੇ ਧਰਨਾ ਲਾਈ ਬੈਠੇ ਸੀ ਇੱਕ ਦਿਨ, ਵੀ ਆਪਦੀ ਸਰਕਾਰ ਆ ਆਪਦੀ ਸਰਕਾਰ ਦੇ ਵਿਰੁੱਧ ਹੀ ਧਰਨਾ, ਕਾਹਦੇ ਵਾਸਤੇ ਧਰਨਾ ਲੱਗਿਆ ਸੀ, ਉਹਨੂੰ ਪੁੱਛਣ ਵਾਲਾ ਹੋਵੇ ਵੀ ਇਹ ਧਰਨਾ ਤੂੰ ਕਿਹਦੇ ਖਿਲਾਫ ਲਾਇਆ, ਵੀ ਤੁਹਾਡੀ ਸਰਕਾਰ ਆ ਤੂੰ ਹੀ ਧਰਨਾ ਲਾਈ ਬੈਠਾ, ਹਾਂ ਆਖੇ ਮੈਂ ਕਿਸਾਨਾਂ ਕੰਨੀ ਆ, ਕਿਸਾਨਾਂ ਦੇ ਹੱਕ 'ਚ ਕੋਈ ਹੱਕ 'ਚ ਨਹੀਂ ਕਿਸੇ ਦੇ, ਕੋਈ ਕਿਸਾਨਾਂ ਦੇ ਹੱਕ ਤੁਹਾਡੇ ਹਿਸਾਬ ਨਾਲ ਨਹੀਂ ਹੈ ਜੀ, ਕੋਈ ਨਹੀਂ ਹੈ ਕਿਸਾਨਾਂ ਦੇ ਹੱਕ 'ਚ, ਜਦੋਂ ਤੁਸੀਂ ਐਂ ਹਿਸਾਬ ਲਾਓ ਧਰਨਾ ਵਾਲਾ ਜਦੋਂ ਲਾਇਆ ਸੀ ਧਰਨਾ ਤੇ ਫਿਰ ਪੈਸੇ ਤਾਂ ਦਬਾਉਂਦੇ ਇੰਨੇ ਦਿਨਾਂ 'ਚ, ਬੈਠ ਕੇ ਉੱਥੇ ਇੱਕ ਫਾਰਮੈਲਿਟੀ ਆਪਦੀ ਪੂਰੀ ਕਰ ਗਏ ਜੀ, ਮੈਂ ਕਿਸਾਨਾਂ ਦੇ ਹੱਕ 'ਚ, ਕੋਈ ਕਿਸਾਨਾਂ ਦੇ ਹੱਕ 'ਚ ਨਹੀਂ, ਅੱਜ ਨੂੰ ਪੈਸੇ ਆਏ ਹੁੰਦੇ ਜੇ ਸਰਕਾਰ ਦਾ ਮੌਕੇ ਦੀ ਦਾ ਧਰਨਾ ਲੱਗਿਆ ਹੁੰਦਾ, ਇੱਕ ਤਾਂ ਨਾਲੇ ਫਸਲ ਮਰ ਗਈ ਉੱਤੋਂ ਧੱਕੇ ਖਾਣੇ ਪੈਂਦੇ, ਧੱਕੇ ਖਾਣੇ ਪੈਂਦੇ ਆ, ਰੋਜ਼ ਤੁਰੇ ਫਿਰਦੇ ਆ ਜੀ, ਰੋਜ਼ਾਨਾ ਅੱਜ ਫਿਰ ਪਟਵਾਰੀ ਨੇ ਸੱਦਿਆ, ਕਹਿੰਦਾ ਜਿਨ੍ਹਾਂ ਦੇ ਕੋਈ ਗਲਤੀ ਨਾ ਪੈ ਗਏ ਮੈਂ ਦਰੁਸਤ ਕਰਦਾ ਉਹਨਾਂ ਦੇ, ਅੱਜ ਫਿਰ ਜਾਂਦੇ ਆ ਸਾਰਾ ਪਿੰਡ ਤਲਵੰਡੀ ਜਾਂਦਾ, ਕੀ ਰੋਜ਼ ਧੱਕੇ ਖਾਂਦੇ ਫਿਰਦੇ ਆ, ਇਦੋਂ ਤਾਂ ਨਾ ਹੀ ਦਿੰਦੀ ਸਰਕਾਰ, ਗੱਲ ਤਾਂ ਇਹ ਸੀ, ਉਦੋਂ ਬਾਹਲੇ ਤੇਲ ਮਚਾ ਤੇ ਰੋਜ਼ ਆਪਸ ਵਿੱਚ ਲੜਾਈਆਂ ਬਣ ਜਾਂਦੀਆਂ, ਉਹ ਕਹਿੰਦਾ ਮੇਰੇ ਪੈਸੇ ਤੈਨੂੰ ਪੈ ਗਏ, ਉਹ ਕਹਿੰਦਾ ਤੇਰੇ ਮੈਨੂੰ ਪੈ ਗਏ, ਭਰਾਵਾਂ 'ਚ ਲੜਾਈਆਂ ਪਵਾ ਦੀਆਂ ਜੀ, ਵਿਵਾਦ ਖੜੇ ਕਰਤੇ ਇਹਨਾਂ ਨੇ, ਹਾਂਜੀ ਕਿ ਇਹੋ ਜਿਹੇ ਪੈਸੇ ਦੇਣੇ ਸੀ ਵੀ ਲੋਕ ਹੀ ਲੜਾ, ਹਾਂ ਲੋਕ ਲੜਾ ਤੇ ਜੀ ਇਹਨਾਂ ਨੇ, ਹੋਰ ਕੋਈ ਪੈਸਾ ਨਹੀਂ ਹੈ, ਕੁਛ ਨਹੀਂ। ਕਿੰਨੇ ਪੈਸੇ ਦੇਣੇ ਆ ਕਹਿੰਦੇ ਆ ਬਾਪੂ? ਕਹਿੰਦੇ ਤਾਂ ਹੁਣ 17,000 ਹੈ। ਅੱਛਾ,
बादल आया मनप्रीत बादल दे किसी ने गल नहीं सुनी फिर कहते आ गए पैसे आ गए खात्या च खात्या च कित्थों आ गए हजे इन्हां कोले मंत्रियां कोले इन्हां लीडरां कोले आए है वह पाउणा नहीं चाहुंदे मैन लगता आप एक मुहिम चलाई अंग्रेजो तुम वापस आज भी आप इधर 40-40 लाख ला के उधर चली जाने भी वह थोड़े जे बंदे आके इधर एडमिन का काम रोक लैन तो मैं वधिया लगता है चीज़ा अंग्रेजो वापस आ जाओ पहला वापस जाओ तो कहते हाँ भी पहला सीगा भी हुण चलो देशद्रोही दा जे परचे पुरचे तो पैणगे भी सारे यूथ नूं इकट्ठा हो गए उन्होंने इधर बुला लिया आप आ सारा सिस्टम ही सुधर जाए साडा करप्ट सिस्टम है जिवें हुण आम आदमी पार्टी आई सी भी असी इस चीज़ को करप्शन तो मुक्त करना है भी 33-34 सीटा जी उन्होंने रातों रात कांग्रेस ज अकालिया चुन जाके गए से उन्होंने देती फिर मैनू तो लगता भी इको जि सारा सिस्टम ही जोड़ा है भी ये अंग्रेज जोड़े वो चंगा कहा गए भी चलो आप समा तो नहीं वेख्या भी वह सुनता से यह बजुर्गों को वधिया सी जिहड़ा इन्हां नाल चंगे सी भी आह चीज़ां करप्शन वगैरह हुण भी उत्थों दे उन्होंने देश वधिया बनाते इह तां नहीं भी उत्थों दी धरती कोई वक्खरी है धरती तो ही है जिहड़ी अपने इधर है भी ज़्यादा जरखेज भूमि तो अपनी पंजाब दे विच है कनेडा च तां हुण बर्फ बुरफ वगैरह पई जांदी भी इन्ना वधिया माहौल तो है नहीं उधर जां मौसम है नहीं गा फिर भी मैनूं उह वधिया लगदे ने इन्हां नालों हाँ फिर होर कोई लोगों को बदल नहीं तीन चार जिहड़ियां मेन पार्टियां किसी ना किसी तो वोट पाउणी पैणी जे नहीं पाउंदे फिर भी थोड़ियां वोटां नाल उन्होंने जित जाणा इह कोई पक्का सलूशन तो नहीं कोई हैगा इस चीज़ का हल किसे कोल नहीं लोकां दी समस्यावां दा हाँ हल मैनूं तो नहीं लगता कोई विजन नहीं किसे कोल वधिया चीज़ां भी कोई बेस ही है नहीं भी वादे तो हुण कोई हर कोई कर सकदा तो जो मर्जी बोलदे उह ते कोई इन्ने कानूनी है नहीं कोई जाब्ता कुछ चीज़ वादे जो मर्जी करी जाओ वह तो उन्होंने लॉलीपॉप देने जो मर्जी दे हूँ सारिया पार्टियां वादे कर दी खरा तो हूँ पहला वाले मैनीफेस्टो चक के वेख लो हूँ वाले चक के वेख लो उ गलिया नालियाँ कि उन्होंने सीमित रह गए ਕਿਵੇਂ ਆ ਸਮੱਸਿਆ ਕਿੰਨੀ ਕੁ ਛੱਪੜ ਦੀ ਇਹ ਸਮੱਸਿਆ ਬਹੁਤ ਆਈ ਛੱਕ ਛੱਪੜ ਦੀ ਗੰਦ ਆਉਂਦਾ ਨਿਰਾ ਜੀ ਇੱਥੇ ਖਾਲੀਆਂ ਦਾ ਵੀ ਨਾਲੀਆਂ ਦਾ ਵੀ ਹਾਂ ਹਾਂ ਜੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਨਹੀਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜੀ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਇਹਦਾ ਨਹੀਂ ਨਹੀਂ ਕਿੰਨੀ ਕੁ ਸਮੱਸਿਆ ਆਉਂਦੀ ਇਹਦੇ ਨਾਲ ਸਾਡਾ ਆਪਦਾ ਸਰਪੰਚ ਸੀਗਾ ਹੋ ਖੜਾ ਸਾਹਮਣੇ ਉਦੋਂ ਨਹੀਂ ਹੋਇਆ ਆ ਹੁਣ ਵੀ ਸਾਡਾ ਆਪਦਾ ਸੀ ਹੁਣ ਨਹੀਂ ਹੋਇਆ ਇਹਦਾ ਹੱਲ ਇਦੋਂ ਬਾਅਦ ਤਾਂ ਕੀ ਕਰੋਗੇ ਦੋ ਤਿੰਨ ਵਾਰੀ ਵੀ ਕਿਹਾ ਵੀ ਸੀਗਾ ਵੀ ਇਹ ਚੱਕਿਆ ਜਾਵੇ ਜੀ ਇੱਥੇ ਆਏ ਸੀਗੇ ਮਨਵੀ ਸੈਕਟਰੀ ਸੂਟਰੀਆ ਵਗੈਰਾ ਸਾਰੇ ਆਏ ਸੀਗੇ ਇੱਥੇ ਤੇ ਕੋਈ ਹੱਲ ਨਹੀਂ ਹੋਇਆ ਜੀ ਇਹਦਾ ਕਹਿੰਦੇ ਕਿ ਚੱਕਿਆ ਨਹੀਂ ਜਾਣਾ ਚਾਹੀਦਾ ਉਹ ਸਰਪੰਚ ਖੜਾ ਮੁੰਡਾ ਹਾਂਜੀ ਸਾਬਕਾ ਸਰਪੰਚ ਹੈ ਉਹਨਾਂ ਨਾਲ ਵੀ ਕਰ ਲੈਣੇ ਗੱਲ ਕਿਵੇਂ ਹੈ ਜੀ ਕੀ ਕੀ ਸਮੱਸਿਆ ਕਹਿੰਦੇ ਛੱਪੜ ਵਾਜਰ ਦੀ ਸਮੱਸਿਆ ਹੈ ਦੇਖੋ ਜੀ ਸਮੱਸਿਆ ਤਾਂ ਇਹ ਆ ਇਹ ਪਿੰਡ ਦਾ ਨਿਕਾਸ ਆ ਜੀ ਜਦੋਂ ਮੀਂਹ ਆਉਂਦਾ ਦੇਖੋ ਜੀ ਸਾਰੇ ਪਿੰਡ ਦਾ ਪਾਣੀ ਇਹਦੇ 'ਚ ਆਉਂਦਾ ਦੇਖੋ ਜੇ ਇਹ ਰੁਕ ਗਿਆ ਜੀ ਘੱਟ ਆ ਜਾਣਗੇ ਲੋਕਾਂ ਦੇ ਇਹ ਤਾਂ ਹੁਣ ਦੁਨੀਆ ਦੇਖੋ ਜੀ ਆ ਦੱਬਣ ਨੂੰ ਫਿਰਦੇ ਆ ਸਾਰਾ ਲੋਕਾਂ ਦਾ ਇਹ ਮਸਲਾ ਵੀ ਦੱਬ ਲਗੇ ਇਹਨੂੰ ਦੱਬ ਲਗੇ ਇਹਨੂੰ ਬਸ ਆਹ ਸਮੱਸਿਆ ਇਹਦਾ ਹੱਲ ਕੀ ਆ ਵੀ ਜਿਵੇਂ ਕੋਈ ਚੁੱਪਣ ਪਾਈਆਂ ਹੋਈਆਂ ਸਾਡੀਆਂ ਪੈਪਾਂ ਉਹ ਦੇਖੋ ਸਿੱਟੀਆਂ ਵੀ ਪਈਆਂ ਹੀ ਪਈਆਂ ਓਵਰਫਲੋ ਆ ਜੀ ਇਹ ਓਵਰਫਲੋ ਆ ਹਾਂ ਸਹੀ ਹੈ ਸਿਸਟਮ ਇਹ ਸਹੀ ਹੈ ਹਾਂਜੀ ਔਖਾ ਹੂੰ ਮਾਤਾ ਛੱਪੜ ਦਾ ਔਰ ਸੌਖਾ ਬੇਟੇ ਸੌਖਾ ਹੈ ਸੌਖਾ ਔਖਾ ਮਾਤਾ ਮੇਰਾ ਗੰਦੀ ਹੈਗਾ ਰੋਟੀ ਖਾਣ ਨੂੰ ਹੋਰ ਔਖਾ ਔਖਾ ਕਾ ਵੀਰਾ ਸਾਡੇ ਪਿੰਡ ਦੇ ਮੁੰਡੇ ਹੀ ਛੱਕ ਗਏ ਮੈਂ ਤੇਰਾ ਹੁਣ ਨਾਂ ਲਾਈ ਦੂੰਗੀ ਦੱਸ ਮੈਨੂੰ ਐ ਦੱਸ ਇੱਕ ਕੰਮ ਦੱਸ ਵੀ ਤੁਹਾਡੇ ਮੁੰਡੇ ਵਾਲੇ ਨੌਕਰੀ ਨਾਗਰੀ ਦਿੱਤੀ ਸਰਕਾਰ ਨੇ ਨਾ ਨਾ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਸਾਨੂੰ ਤਾਂ ਕੁਛ ਨਹੀਂ ਦਿੱਤਾ ਨਾ ਨਾ ਨਸ਼ਾ ਖਤਮ ਕਰ ਦੇਣਾ ਖਤਮ ਕਰਤਾ ਨਾ ਨਾ ਸਾਡੇ ਰਖਾਂਦੀ ਨਹੀਂ ਨਸ਼ਾ ਨਹੀਂ ਪਿੰਡ ਚੋਂ ਪਿੰਡ ਚੋਂ ਸਾਨੂੰ ਕਿਸੇ ਦਾ ਕੀ ਠੇਕਾ ਸਾਡੇ ਮੁੰਡੇ ਨਸ਼ਾ ਨਹੀਂ ਖਾਂਦੇ ਨਾ ਕਿਵੇਂ ਉਹ ਕਿਵੇਂ ਮਿਲਿਆ ਮੁੰਡਿਆਂ ਕੋਈ ਕੰਮ ਧੰਦਾ ਮਿਲਿਆ ਜੀ ਰੋਜ਼ਗਾਰ ਮਿਲਿਆ ਤੁਹਾਨੂੰ ਨਹੀਂ ਜੀ ਕੁਛ ਨਹੀਂ ਮਿਲਿਆ ਹੈਗਾ ਜੀ ਸਾਨੂੰ ਤਾਂ ਹਾਂਜੀ ਸਾਡੇ ਕੋਈ ਕੰਮ ਨਹੀਂ ਚੱਕਿਆ ਇੰਨੀ ਗੰਦਗੀ ਹੈਗੀ ਜੀ ਇੱਥੇ ਨਾ ਗਰਮੀ 'ਚ ਖੜਿਆ ਵੀ ਨਹੀਂ ਜਾਂਦਾ ਇੰਨੀ ਬਦਬੋ ਮਾਰਦੀ ਹੈਗੀ ਰੋਟੀ ਨਹੀਂ ਖਾ ਸਕਦੇ ਹੈਗੇ ਜੀ ਇੰਨੀ ਗੰਦੀ ਬਦਬੋ ਆਉਂਦੀ ਹੈ ਸਾਨੂੰ ਛੱਪੜ ਦੀ ਹਾਂ ਬਾਹਲੀ ਦਿੱਕਤ ਆ ਜੀ ਬਹੁਤ ਦਿੱਕਤ ਆ ਹਾਂ ਹੱਲ ਨਹੀਂ ਕੀਤਾ ਹਜੇ ਤੱਕ ਕਿਸੇ ਨੇ ਨਹੀਂ ਜੀ ਕਿਸੇ ਨੇ ਹੱਲ ਨਹੀਂ ਕਰਿਆ ਹੈਗਾ ਸਾਡੀ
छप्पड़ की मांग ही होंगी है असं यही कहने के भी छप्पड़ बंद होना चाहिए। हाँ जी इतने तो कई बार ना जवाक भी किन्ने डिगे स्कूल जाते साडे तीन तो इतने जवाक आप दो जी दो मेहनत ना गया यार इन्ह ने दबाई है नशे खत्म हो गया नहीं नशा नुशा तो खत्म कर नशे तो बाल गए इतने बाकी जो कहते जिम्मे गरीबां कच्चे मकान वाले पांच पांच मरले देने मिल गए दो घरां नूं दित्ते आ वो बेचारे जमा गरीब है हाँ ना ना किसे नूं नहीं मकान डिगे पे नहीं पाए किसी एडे एडे टेड़ा आई पी चन्नी साहब तो कहते मैं गरीबां दा मुख्यमंत्री आ चन्नी साहब कोई नहीं होऊगा देखी जाओ मेरे दो कमरे मान लो भी इधर कच्चे पाए हले इन्होंने की करता भी चल कोई नहीं भी करू जो कैप्टन से काम किए कैप्टन ने हाँ बहुत वेले बैठे है जेडे कोई हिसाब ने ठीक है मेरे घरे तू जाके देखे ना तेन फिर पता लगे भी साढ़े घरे की मान ला भी हाँ हूँ तेन ए लगो भी चल यार पैग लगे जो मर जाता भकाई ठीक है ना भी तेन मेरे घर जाके पता लगे भी हालात की है हाँ शर्त च लेके जाते लोग तेन की लगता कि कोई सरकार ने कोई नौजवानों स्कूल कॉलेज नवे खोले हो रुजगार के साधन खोले ने मनाया हूँ तीन स्कूल माड़ा मोटा चटाणी का बहुत यार ये तो बादल द ही कराया होया पहला तो एवं मारी जाते ठीक है लै क्यों लै हाँ उदों ही करके गया तीन नारी आया से कह दें आप ईदे वाली गल रखे हो नौ पत्र पर लान नहीं कर बलजिंदर कौर उन्हें कम किए उन्हें बहुत ना जी बलजिंदर कौर ने कम किए नहीं किए जी कुछ भी नहीं उठाया जी उन्हें आगे तो बड़ी नहीं पेंड साढ़े जी ना जी कैप्टन नशा खत्म करता हो गया नहीं होया जी चली जांदा जी हां जी।